Oh,
ਕਹਿੰਦਾ ਦੁਨੀਆਂ ਦੇ ਲੋਕੋ ਘੜੀ ਘੜੀ ਵਿੱਚ ਬੜਾ ਹੀ ਫਰਕ ਹੁੰਦਾ ਤੇ ਆਈਆਂ ਜਗ ਤੇ ਬੇਸ਼ੁਮਾਰ ਘੜੀਆਂ। ਇੱਕ ਘੜੀ ਜੋ ਟਾਈਮ ਦਾ ਪਤਾ ਦਿੰਦੀ, ਇੱਕ ਮਿਲਦੀਆਂ ਪਾਸ ਘੁਮਿਆਰ ਘੜੀਆਂ, ਇੱਕ ਘੜੀ ਵਿਛੋੜਦੀ ਮਿੱਤਰਾਂ ਨੂੰ ਇੱਕ ਆਣ ਮਿਲਾਉਂਦੀ ਦਿਲਦਾਰ ਘੜੀਆਂ, ਤੇ ਪੰਛੀ ਐਸੀ ਸੁਲੱਖਣੀ ਘੜੀ ਉੱਤੋਂ ਜਿਹੜੀ ਘੜੀ ਗੁਰੂ ਦੀ ਗੋਦੀ ਵਿੱਚ ਨਸੀਬ ਹੋਵੇ। ਗੱਜ ਕੇ ਆਖੋ ਸਤਨਾਮ। ਪੰਛੀ ਐਸੀ ਸੁਲੱਖਣੀ ਘੜੀ ਉੱਤੋਂ ਵਾਰ ਦੇਵਾਂ ਮੈਂ ਲੱਖ ਹਜ਼ਾਰ ਘੜੀਆਂ। ਆਓ ਇਹ ਘੜੀ ਆਪਣੇ ਜੀਵਨ ਦੇ ਵਿੱਚ ਆਪਣਾ ਕੋਈ ਗੁਰੂ ਕੀ ਸੰਗਤ ਪੁਰਬ ਦਾ ਕਰਮ ਜਾਗਿਆ, ਮਾਲਕ ਨੇ ਆਪਣੇ ਤੇ ਕਿਰਪਾ ਕੀਤੀ ਹੈ, ਆਪਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸਤਸੰਗ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ। ਸੋਢੀ ਸੰਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਇਤਿਹਾਸ ਅਸੀਂ ਆਰੰਭ ਕਰਨ ਲੱਗੇ ਹਾਂ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰੀਆ। ਜਿਨ੍ਹਾਂ ਨੇ ਸੋਢੀ ਸੰਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧਿਆਲਿਆ ਨਾ, ਉਹਨਾਂ ਦਾ ਦੁਨੀਆਂ ਤੇ ਆਉਣਾ ਸਫਲ ਹੋ ਗਿਆ। ਗੱਜ ਕੇ ਕਹਿ ਦਿਓ ਸਤਨਾਮ। ਧੰਨ ਗੁਰੂ ਰਾਮਦਾਸ ਆਖਦਾ ਜਹਾਨ ਸਾਰਾ, ਕਰਕੇ ਮਿਹਰ ਲੱਖਾਂ ਪਾਪੀਆਂ ਨੂੰ ਤਾਰਿਆ ਤੇ ਕੋੜੀਆਂ ਦੇ ਕੋੜ ਦੂਰ ਕੀਤੇ ਦੁੱਖ ਭੰਜਨੀ ਨੇ। ਚਰਨਾਂ ਤੇ ਆਣ ਡਿੱਗਾ ਦੁਨੀ ਚੰਦ ਜਿਹਾ ਹੰਕਾਰਿਆ, ਤੇ ਅਖੀਰਲੀ ਪੰਗਤੀ ਨਪੁੱਤਿਆਂ ਨੂੰ ਪੁੱਤ ਦੇਣ ਵਾਲੇ ਗੁਰੂ ਰਾਮਦਾਸ ਮਹਾਰਾਜ। ਮਾਲਵੇ ਦੀ ਧਰਤੀ ਵਿੱਚ ਯੱਕ ਜ਼ਿਮੀਂਦਾਰਾਂ ਦੀਆਂ ਦੋ ਬਰਾਦਰੀਆਂ ਜਿਹੜੀਆਂ ਨੇ ਗੋਤਾਂ ਦੇ ਆਧਾਰ ਦੇ ਉੱਤੇ ਬੜੀਆਂ ਮਸ਼ਹੂਰ ਨੇ। ਪਹਿਲੀ ਬਰਾਦਰੀ ਹੈ ਕਰਮਾਂ ਵਾਲੇ ਉਹ ਬਰਾੜ ਤੇ ਦੂਸਰੀ ਹੈ ਸਿੱਧੂ। ਸਿੱਧੂ ਬਰਾਦਰੀ ਦੇ ਵਿੱਚ ਇੱਕ ਬਾਬਾ ਆਦਮ ਹੋਇਆ, ਇਹ ਬਹੁਤ ਵੱਡੀ ਉਮਰ ਹੋ ਗਈ ਸੀ, ਕਿਤੇ ਝੋਲੀ ਵਿੱਚ ਪੁੱਤਰ ਨਹੀਂ ਪਿਆ। ਆਖਰ ਦੋਨੋਂ ਜੀ ਘਰ ਕਾਜ ਛੱਡ ਕੇ ਤੇ ਗੁਰੂ ਰਾਮਦਾਸ ਸੋਢੀ ਸੁਲਤਾਨ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਆ ਗਏ। ਬੜੀ ਵੱਡੀ ਕਠਿਨ ਤਪੱਸਿਆ, ਬਹੁਤ ਵੱਡੀ ਸੇਵਾ ਇਹਨਾਂ ਨੇ ਗੁਰੂ ਮਹਾਰਾਜ ਦੀ ਕੀਤੀ। ਇੱਕ ਦਿਨ ਸਿਆਲ ਦੀ ਭੈਣੋ ਰੁੱਤ ਸੀ, ਗੁਰੂ ਘਰ ਦੇ ਵਿੱਚ ਕੋਈ ਪੁਰਾਣੀ ਇਹ ਗੱਲ ਕਵੇ ਨਾ ਕਿ ਮੈਂ ਸੇਵਾ ਕੀਤੀ ਹੈ ਤੇ ਗੁਰੂ ਮਹਾਰਾਜ ਨੇ ਮੈਨੂੰ ਉਹਦਾ ਫਲ ਨਹੀਂ ਦਿੱਤਾ, ਉਹ ਬੰਦਾ ਝੂਠਾ ਹੈ। ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਹਿਰਦੇ ਵਿੱਚ ਕੋਈ ਭਾਵਨਾ ਲੈ ਕੇ ਜਾਂ ਕਿਸੇ ਵੀ ਤਰੀਕੇ ਦੇ ਮੁਤਾਬਕ ਤੁਸੀਂ ਗੁਰੂ ਚਰਨਾਂ ਦੇ ਵਿੱਚ ਸੇਵਾ ਕਰ ਲਓ, ਜਿਹੜੀ ਭਾਵਨਾ ਕਰਕੇ ਕਰਮਾਂ ਵਾਲੇ ਉਹ ਸੇਵਾ ਕੀਤੀ ਹੈ ਨਾ, ਉਹ ਗੁਰੂ ਚਰਨਾਂ 'ਚ ਪ੍ਰਵਾਨ ਹੋ ਗਈ, ਤੇ ਜਿਹੜੀ ਸੇਵਾ ਗੁਰੂ ਚਰਨਾਂ 'ਚ ਪ੍ਰਵਾਨ ਹੋ ਗਈ ਬੰਦੇ ਦੀ ਝੋਲੀ ਵਿੱਚ ਫਲ ਕੇ ਆਉਣੀ ਪਿਆ। ਗੱਜ ਕੇ ਕਹਿ ਦਿਓ ਸਤਨਾਮ। ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਇਆ ਤੇ ਮੀਂਹ ਪੈਣ ਲੱਗ ਪਿਆ। ਉਦੋਂ ਹਾਲੇ ਇੱਥੇ ਮਕਾਨ ਇੰਨੇ ਨਹੀਂ ਸੀ ਬਣੇ, ਕੇਵਲ ਅੰਮ੍ਰਿਤਸਰ ਸਰੋਵਰ ਦੀ ਸੇਵਾ ਚੱਲਦੀ ਸੀ ਤੇ ਭਾਈ ਸਿੱਧੂ ਬਾਬਾ ਆਦਮ ਘਰਵਾਲੀ ਨੂੰ ਕਹਿੰਦਾ ਹੈ ਤੇ ਘਰਵਾਲੀ ਉਹਨੂੰ ਬਾਬੇ ਆਦਮ ਨੂੰ ਕਹਿੰਦੀ ਹੈ। ਅੱਜ ਵੇਲਾ ਹੈ ਗੁਰੂ ਦੀਆਂ ਸੰਗਤਾਂ ਨੂੰ ਪਾਲੇ ਤੋਂ ਬਚਾਉਣ ਦਾ, ਗੁਰੂ ਕੀ ਟਹਿਲ ਸੇਵਾ ਕਮਾਉਣ ਦਾ। ਘਰ ਲੱਕੜੀਆਂ ਨਾਲ ਭਰਿਆ ਹੋਇਆ ਸੀ, ਥਾਂ ਥਾਂ ਦੇ ਉੱਤੇ ਦੋਹਾਂ ਜੀਆਂ ਨੇ ਧੁਨੀਆਂ ਲਾ ਦਿੱਤੀਆਂ। ਭਾਈ ਆਦਮ ਲੱਕੜਾਂ ਰੱਖੀ ਜਾਂਦਾ ਹੈ ਤੇ ਘਰ ਵਾਲੀ ਬੀਬੀ ਉਹ ਤੇ ਅੱਗ ਪਾਈ ਜਾਂਦੀ ਹੈ, ਧੁਨੀਆਂ ਧੁਰ ਪਈਆਂ, ਅੱਗ ਬਲ ਪਈ। ਸਾਰੀ ਰਾਤ ਸੰਗਤ ਨੇ ਉਹ ਅੱਗ ਦੇ ਆਸਰੇ ਠੰਡ ਤੋਂ ਆਪਣੇ ਆਪ ਨੂੰ ਬਚਾ ਕੇ ਰਾਤ ਕੱਢ ਲਈ। ਦਿਨ ਚੜਿਆ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਸੰਗਤ ਬੈਠੀ ਹੈ। ਮਹਾਰਾਜ ਕਹਿੰਦੇ ਉਹ ਕੌਣ ਹੈ ਭਾਈ ਸ਼ਰਧਾਵਾਨ ਜੀ ਨੇ ਏਡੀ ਮਹਾਨ ਸੇਵਾ ਕੀਤੀ ਹੈ, ਉਹ ਉੱਠ ਕੇ ਸੰਗਤ ਵਿੱਚ ਖੜਾ ਹੋ ਗਏ, ਕਮਾਲ ਕਰ ਦਿੱਤੀ, ਸਾਰੀ ਰਾਤ ਸੰਗਤ ਨੂੰ ਪਾਲੇ ਤੋਂ ਬਚਾਇਆ। ਉਹ ਗੁਰਮੁਖ ਉੱਠ ਕੇ ਖੜਾ ਹੋ ਗਏ, ਚਿੱਟੀ ਦਾੜੀ ਭੈਣੋ ਬਹੁਤ ਵੱਡੀ ਉਮਰ 70 ਸਾਲ ਦੀ, ਹੱਥ ਜੋੜ ਕੇ ਬਾਬਾ ਆਦਮ ਜੀ ਸਿੱਧੂ ਜੱਟ ਮਾਲਵਾ ਦੇਸ਼ ਖੜਾ ਹੋ ਗਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਾਬਾ ਪਿਆਰਿਆ, ਅਸੀਂ ਤੇਰੀ ਸੇਵਾ ਤੋਂ ਖੁਸ਼ ਹੋਏ ਹਾਂ, ਤੇਰੇ ਤੇ ਪ੍ਰਸੰਨ ਹੋਏ ਹਾਂ। ਮੰਗ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਕੀ ਮੰਗਦਾ, ਜੋ ਮੰਗੇਗਾ ਹੁਣੇ ਤੇਰੀ ਝੋਲੀ ਵਿੱਚ ਪਾ ਦਿਆਂਗੇ। ਗੱਜ ਕੇ ਆਖੋ ਸਤਨਾਮ।
ਸੇਵਾ ਦੇ ਬਦਲੇ ਮੰਗ ਰਾਤ ਸੇਵਾ ਕੀਤੀ ਹੈ ਦਿਨੇ ਭੈਣੋਂ ਫਲ ਲੱਗਣ ਲੱਗਾ ਹੈ। ਚਿੱਟੀ ਦਾੜੀ ਸੀ ਵੱਡੀ ਉਮਰ ਸੀ ਲਾਜ ਆ ਗਈ ਕਿ ਭਰੇ ਦਰਬਾਰ ਦੇ ਵਿੱਚ ਮੈਂ ਜਦੋਂ ਗੁਰੂ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਆਖਾਂਗਾ ਦਾਤਿਆ ਧੰਨ ਦਾਉਤ ਵੜਾਈ ਇੱਕ ਪੁੱਤਰ ਦੀ ਦਾਤ ਦੇ ਦੇ ਲੋਕ ਹੱਸਣਗੇ ਅੱਖਾਂ ਵਿੱਚ ਪਿਆਰ ਦੇ ਦੋ ਹੰਝੂ ਆਏ ਕਹਿੰਦਾ ਦੁਨੀਆਂ ਦੇ ਮਾਲਕਾਂ ਤੇਰਾ ਦਿੱਤਾ ਹੋਇਆ ਬਹੁਤ ਕੁਝ ਬਸ ਤੇਰੇ ਪਿਆਰ ਦੀ ਲੋੜ ਸੀ। ਮਹਾਰਾਜ ਕਹਿੰਦੇ ਪਿਆਰ ਤੇ ਹੈ ਹੀ ਸਿੱਖਾਂ ਵਾਸਤੇ ਹੈ ਜਿੰਨਾ ਵੀ ਮੇਰੇ ਕੋਲ ਪਿਆਰ ਹੈ ਇਹ ਸੰਗਤਾਂ ਵਾਸਤੇ ਹੈ ਆਦਮ ਤੈਨੂੰ ਵੀ ਪਿਆਰ ਮਿਲੇਗਾ ਹੋਰ ਕੁਝ ਮੰਗ ਲਾ। ਸ਼ਰਮਾ ਗਿਆ ਬਾਬਾ ਆਦਮ ਘਰ ਵਾਲੀ ਉੱਠ ਕੇ ਖੜੀ ਹੋ ਗਈ ਹੱਥ ਜੋੜ ਕੇ ਕਹਿੰਦੀ ਦੀਨ ਦੁਨੀਆਂ ਮਾਲਕਾ ਪੁੱਤਰ ਤੇਰੇ ਚਰਨਾਂ ਚੋਂ ਮੰਗਣ ਆਏ ਆ ਉਮਰ ਵੱਡੀ ਹੋਣ ਕਰਕੇ ਸ਼ਰਮਾ ਗਿਆ ਏ ਗੱਜ ਕੇ ਆਖੋ ਸਤਨਾਮ। ਛੋਟੀ ਸੰਤਾਨ ਸਤਿਗੁਰੂ ਕਹਿੰਦੇ ਬੀਬਾ ਤੁਹਾਡੇ ਦੋਵਾਂ ਜੀਆਂ ਦੇ ਭਾਗਾਂ ਵਿੱਚ ਪੁੱਤਰ ਨਹੀਂ ਗੱਲ ਸੁਣਿਓ ਧਿਆਨ ਨਾਲ ਇਹ ਗੁਰੂ ਰਾਮਦਾਸ ਦੀਆਂ ਰਹਿਮਤਾਂ ਵੇਖੋ ਪਰ ਅੱਜ ਤੱਕ ਗੁਰੂ ਨਾਨਕ ਦੇ ਘਰ ਵਿੱਚੋਂ ਕੋਈ ਵੀ ਜਗਿਆਸੂ ਖਾਲੀ ਨਹੀਂ ਮੁੜਿਆ ਅਸੀਂ ਤੁਹਾਨੂੰ ਬਚਨ ਕੀਤਾ ਹੈ ਅਸੀਂ ਬਚਨ ਕੀਤਾ ਹੈ ਤੁਹਾਨੂੰ ਤੁਹਾਡੇ ਘਰ ਵਿੱਚ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਤੁਹਾਨੂੰ ਅਕਾਲ ਪੁਰਖ ਪੁੱਤਰ ਦੇਵੇਗਾ ਗੁਰੂ ਨਾਨਕ ਦੇ ਘਰ ਵਿੱਚੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਪਰ ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ। ਮਹਾਰਾਜ ਛੋਟੀ ਸੁਲਤਾਨ ਫਿਰ ਹੁਣ ਉਸ ਭਾਗੀ ਬੁਢਾਪੇ ਵਿੱਚ ਬੁੱਢੇ ਜੋੜੇ ਨੂੰ ਪੁੱਤਰ ਦੀ ਦਾਤ ਕਿੱਦਾਂ ਦਿੰਦੇ ਆ ਦੁਨੀਆਂ ਦੇ ਲੋਕ ਹੈਰਾਨ ਹੋ ਜਾਂਦੇ ਨੇ। ਸਤਿਗੁਰੂ ਕਹਿੰਦੇ ਸਾਡੇ ਘਰ ਸਾਡੀ ਜੀਵਨ ਸਾਥੀ ਭਾਗੀ ਦੀ ਕੁੱਖ ਤੋਂ ਚਾਰ ਪੁੱਤਰਾਂ ਨੇ ਜਨਮ ਲੈਣਾ ਸੀ ਅਕਾਲ ਪੁਰਖ ਨੇ ਗੁਰੂ ਨਾਨਕ ਨੇ ਕਿਰਪਾ ਕਰਕੇ ਸਾਨੂੰ ਤਿੰਨ ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ ਨੇ ਜਿਹੜਾ ਸਾਡੇ ਘਰ ਵਿੱਚ ਚੌਥਾ ਪੁੱਤਰ ਆਉਣਾ ਸੀ ਨਾ ਕੀ ਹੋਇਆ ਜੇ ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਬਚਨ ਕਰਦੇ ਹਾਂ ਸਾਡਾ ਚੌਥਾ ਪੁੱਤਰ ਤੁਹਾਡੇ ਘਰ ਵਿੱਚ ਜਨਮ ਲਵੇਗਾ ਉਹਦਾ ਨਾਮ ਬਾਬਾ ਭਗਤੂ ਰੱਖਿਓ ਗੱਜ ਕੇ ਆਖੋ ਸਤਨਾਮ। ਇਹ ਗੱਲ ਨੂੰ ਅੱਜ ਘੁੱਟ ਕੇ ਇੱਥੇ ਸਾਰੇ ਜਿਹੜੇ ਪੱਦੇ ਬੰਨ ਲਓ ਕਿ ਬਹੁਤ ਵੱਡੀ ਉਮਰ ਦੇ ਵਿੱਚ ਮਾਲਵੇ ਦੇਸ਼ ਵਿੱਚ ਬਾਬੇ ਆਦਮ ਦੇ ਘਰ ਜਿਹੜਾ ਚੌਥਾ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਛੋਟਾ ਭਰਾ ਗੁਰੂ ਰਾਮਦਾਸ ਦੇ ਘਰ ਵਿੱਚ ਹੋਣਾ ਸੀ ਨਾ ਭਾਈ ਭਗਤੂ ਉਹ ਆਦਮ ਦੇ ਘਰ ਵਿੱਚ ਪੈਦਾ ਹੋਇਆ ਤੇ ਭਗਤੂ ਦੀ ਵੱਡੇ ਹੋਏ ਦਾ ਵਿਆਹ ਕੀਤਾ ਗਿਆ ਉਹਦੇ ਘਰ ਵਿੱਚ ਦੋ ਪੁੱਤਰ ਪੈਦਾ ਹੋਏ ਇੱਕ ਦਾ ਨਾਮ ਜੀਵਨ ਰੱਖਿਆ ਤੇ ਦੂਜੇ ਦਾ ਨਾਮ ਭਾਈ ਗੌਰਾ ਰੱਖਿਆ। ਜੀਵਨ ਨੇ ਸਿੱਖ ਜਗਤ ਲਈ ਕੀ ਕੁਰਬਾਨੀ ਕੀਤੀ ਤੇ ਗੌਰੇ ਦਾ ਜੀਵਨ ਕਿੱਦਾਂ ਦਾ ਸੀ ਇਹ ਲੜੀ ਆਪਣੀ ਚੱਲ ਰਹੀ ਹੈ ਤੇ ਜਦੋਂ ਸੱਤਵੇਂ ਪਾਤਸ਼ਾਹ ਦਾ ਜੀਵਨ ਇਤਿਹਾਸ ਆਵੇਗਾ ਨਾ ਇਹਨੂੰ ਇੱਥੇ ਇੱਕ ਬੰਦੇ ਆਪਾਂ ਬ੍ਰੇਕ ਲਾ ਦਿੰਦੇ। ਵਾਹਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਹੈ ਇਹਨਾਂ ਗੱਲਾਂ ਨੂੰ ਬੀਬੀਓ ਭੈਣੋ ਤੁਹਾਡੀਆਂ ਆਸੀਸਾਂ ਦੇ ਨਾਲ ਗੁਰੂ ਮਹਾਰਾਜ ਦੀ ਰਹਿਮਤ ਦੇ ਨਾਲ ਗੁਰੂ ਕੇ ਪਿਆਰ ਵਾਲੇ ਉਹ ਇਤਿਹਾਸ ਖੋਜ ਖੋਜ ਕੇ ਪੜ੍ਹੇ ਆ ਇਹਨਾਂ ਗੱਲਾਂ ਦੇ ਉੱਤੇ ਸ਼ਰਧਾ ਪ੍ਰਗਟ ਕੀਤੀ ਹੈ ਦਾਤਾ ਤੂੰ ਧੰਨ ਹੈ ਜੇ ਕਿਸੇ ਦੇ ਭਾਗਾਂ ਵਿੱਚ ਪੁੱਤਰ ਵੀ ਨਹੀਂ ਤੇ ਗੁਰੂ ਨਾਨਕ ਦੇ ਦਰ ਦੇ ਉੱਤੋਂ ਕਦੇ ਕੋਈ ਖਾਲੀ ਮੁੜ ਸਕਦਾ ਪੁੱਤਾਂ ਵਾਲੀ ਉਹ ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ। ਮਹਾਰਾਜ ਕਹਿੰਦੇ ਸਾਡਾ ਚੌਥਾ ਪੁੱਤਰ ਤੁਹਾਡੇ ਘਰ ਵਿੱਚ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਿਓ ਨਾਮ ਵੀ ਪਹਿਲਾਂ ਰੱਖ ਦਿੱਤਾ ਤੇ ਮਾਪਿਆਂ ਨੂੰ ਅਕਾਲ ਪੁਰਖ ਨੇ ਪੁੱਤਰ ਦਿੱਤਾ ਪੁੱਤਰ ਨੂੰ ਪਾਲ ਕੇ ਵੱਡਾ ਕੀਤਾ ਉਹਦਾ ਵਿਆਹ ਕੀਤਾ ਤੇ ਉਹਦੇ ਘਰ ਵਿੱਚ ਗੌਰਾ ਤੇ ਜੀਵਨ ਨਾਂ ਦੇ ਦੋ ਪੁੱਤਰ ਪੈਦਾ ਹੋਏ। ਇਹ ਇਸ ਕਹਾਣੀ ਨੂੰ ਆਪਾਂ ਇੱਥੇ ਵਿਸ਼ਰਾਮ ਲਾ ਦਈਏ। ਮੇਰੇ ਕਹਿਣ ਦਾ ਭਾਵ ਕਿ ਨਪੁੱਤਿਆਂ ਨੂੰ ਪੁੱਤ ਦੇਵੇ ਇਹ ਤਪਦਾ ਕਲੇਜਾ ਬਾਬੇ ਆਦਮ ਦਾ ਠਾਰਿਆ ਉਹ ਬਾਬਾ ਆਦਮ ਸੀ ਜਿਹਨੂੰ ਆਪਣਾ ਪੁੱਤਰ ਦੇ ਕੇ ਗੁਰੂ ਰਾਮਦਾਸ ਮਹਾਰਾਜ ਨੇ ਉਹਦਾ ਤਪਦਾ ਕਾਲਜਾ ਠਾਰ ਦਿੱਤਾ ਗੱਜ ਕੇ ਕਹਿ ਦਿਓ ਸਤਨਾਮ। ਉਹ ਛੋਟੀ ਸੁਲਤਾਨ ਦਾਤੇ ਗੁਰੂ ਦੀ ਦਾਸਤਾਨ ਅਸੀਂ ਆਪ ਜੀ ਦੇ ਕਦਮਾਂ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ। ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਆਓ ਕਰਮਾਂ ਵਾਲੇ ਉਹ ਗੱਲ ਦੀ ਆਰੰਭਤਾ ਕਰੀਏ। ਪਹਿਲੀ ਬੇਨਤੀ ਤੇ ਮੈਂ ਤੁਹਾਡੇ ਚਰਨਾਂ ਵਿੱਚ ਇਹ ਕਰਨਾ ਚਾਹੁੰਦਾ ਕਿ ਉਹਨਾਂ ਦਾ ਨਾਮ ਸੀ ਭਾਈ ਜੇਠਾ ਜਤੀਮ ਸੀ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਨਾਨੀ ਘੁੰਗਲੀਆਂ ਬਾਲ ਦੇਵੀ ਸੀ ਗੁਰੂ ਦਰਬਾਰ ਵਿੱਚ ਵੇਚ ਜਾਂਦੇ ਤੇ ਮਹਾਰਾਜ ਨੇ ਆਪਣੀ ਧੀ ਦਾ ਬੀਬੀ ਭਾਨੀ ਦਾ ਵਿਆਹ ਉਹਨਾਂ ਨਾਲ ਕਰ ਦਿੱਤਾ। ਜਿਸ ਦਿਨ ਤੋਂ ਬੀਬੀ ਭਾਨੀ ਦਾ ਵਿਆਹ ਹੋ ਗਿਆ ਉਹ ਨਹੀਂ ਮਿਲਦਾ ਕਦੇ ਵੀ ਗੁਰੂ ਮਹਾਰਾਜ ਨੂੰ ਮਿਲਣ ਜਦੋਂ ਆਉਣਾ ਉਹਨਾਂ ਨੂੰ ਸੋਹਣਾ ਜਾਣ ਕੇ ਨਹੀਂ ਮੁਕਤੀਆਂ ਦਾ ਦਾਤਾ ਜਾਣ ਕੇ ਦੀਨ ਦੁਨੀ ਦਾ ਮਾਲਕ ਜਾਣ ਕੇ ਭਾਈ ਜੇਠਾ ਜੀ ਨਮਸਕਾਰ ਕਰਦੇ ਹਰ ਵੇਲੇ ਸੇਵਾ ਵਿੱਚ ਹਾਜ਼ਰ ਰਹਿੰਦੇ। ਸਤਿਗੁਰੂ ਅਮਰਦਾਸ ਮਹਾਰਾਜ ਦੀ ਉਮਰ ਬਹੁਤ ਵੱਡੀ ਹੋ ਚੁੱਕੀ ਸੀ ਤੇ
ਸੰਗਤ ਵਿੱਚ ਇੱਕ ਚਰਚਾ ਚੱਲ ਪਈ, ਸੰਗਤ ਵਿੱਚ ਇੱਕ ਵਿਚਾਰ ਚੱਲ ਪਈ, ਇੱਕ ਗੱਲ ਚੱਲ ਪਈ ਕਿ ਮਹਾਰਾਜ ਦੇ ਦੋਨੋਂ ਹੀ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਇਹ ਗੱਦੀ ਦੇ ਲਾਇਕ ਨਹੀਂ। ਜਿਵੇਂ ਗੁਰੂ ਨਾਨਕ ਦੇ ਪੁੱਤਰ ਗੱਦੀ ਨਹੀਂ ਲੈ ਸਕੇ, ਗੁਰੂ ਅੰਗਦ ਦੇ ਪੁੱਤਰ ਗੁਰ ਗੱਦੀ ਨਹੀਂ ਲੈ ਸਕੇ, ਤੇ ਮਹਾਰਾਜ ਦੀਆਂ ਦੋਵੇਂ ਧੀਆਂ ਸਤਿਕਾਰਯੋਗ ਹੈ। ਵੱਡੀ ਧੀ ਬੀਬੀ ਤਾਨੀ, ਇਹ ਮਹਾਰਾਜ ਦਾ ਇੱਕ ਪਿਆਰਾ ਸਿੱਖ ਸੀ ਕਰਮਾਂ ਵਾਲਿਓ, ਉਹਦਾ ਨਾਮ ਇਤਿਹਾਸ ਵਿੱਚ ਭੈਣੋ ਭਾਈ ਰਾਮਾ ਲਿਖਿਆ। ਸਤਿਗੁਰੂ ਜੀ ਬੀਬੀ ਦਾਨੀ ਦੇ ਪਤੀ ਭਾਈ ਰਾਮਾ ਜੀ ਨੂੰ ਚੌਥਾ ਗੁਰੂ ਬਣਾਉਣਗੇ, ਜਾਂ ਬੀਬੀ ਭਾਨੀ ਦੇ ਪਤੀ ਭਾਈ ਜੇਠਾ ਜੀ ਨੂੰ ਚੌਥਾ ਗੁਰੂ ਬਣਾਉਣਗੇ। ਇਹ ਗੱਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਵਿੱਚ ਪੈ ਗਈ। ਉੱਥੇ ਜਾਣੀ ਗਿਆਨ ਸੀ ਸਤਿਗੁਰੂ ਮਹਾਰਾਜ ਨੇ ਉਸ ਵੇਲੇ ਇੱਕ ਚੋਜ ਵਰਤਾਇਆ। ਸਤਿਗੁਰੂ ਨੇ ਦੋਨੋਂ ਜਵਾਈ ਆਪਣੇ ਕੋਲ ਸਦੇ, ਦੋਨੋਂ ਹੀ ਆ ਗਏ। ਆਣ ਕੇ ਦੋਨਾਂ ਨੇ ਬਜ਼ੁਰਗ ਸਤਿਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਕਹਿੰਦੇ ਭਾਈ ਰਾਮਾ ਜੀ ਵੱਡੇ ਜਵਾਈ ਨੇ, ਕਹਿੰਦੇ ਬੋਲੀ ਦੀ ਕਾਲ ਸੇਵਾ ਚੱਲ ਰਹੀ ਹੈ ਤੇ ਸਾਡਾ ਸਰੀਰ ਹੁਣ ਬਿਰਧ ਹੋ ਗਿਆ, ਸਾਡੇ ਕੋਲੋਂ ਉੱਥੇ ਖਲੋ ਕੇ ਸੰਗਤ ਨੂੰ ਸੇਵਾ ਕਰਦਿਆਂ ਤੱਕ ਨਹੀਂ ਹੁੰਦਾ ਤੇ ਰੋਜ਼ ਮੰਜਾ ਡਾਉਣਾ ਵੀ ਠੀਕ ਨਹੀਂ। ਕਹਿਣ ਲੱਗਾ ਸਤਿਗੁਰੂ ਜੀ ਹੁਕਮ ਕਰੋ। ਮਹਾਰਾਜ ਕਹਿੰਦੇ ਪੁੱਤਰ ਰਾਮਾ ਜੀ ਵੱਡੇ ਜਵਾਈ ਨੂੰ ਕਹਿੰਦੇ ਤੁਸੀਂ ਸੀਮਿੰਟ ਲੈ ਲਓ, ਇੱਟਾਂ ਲੈ ਲਓ, ਕਾਰੀਗਰ ਲੈ ਲਓ ਤੇ ਬੌਲੀ ਦੇ ਚੜ੍ਹਦੇ ਬੰਦੇ ਇੱਕ ਸੁੰਦਰ ਥੜਾ ਬਣਾ ਦਿਓ ਸਾਡੇ ਬੈਠਣ ਵਾਸਤੇ। ਪਰ ਕਿਆ ਵੇਖੋ ਗੁਰੂ ਮਹਾਰਾਜ ਨੇ ਕਿਹੋ ਜਿਹਾ ਪਾਇਆ। ਭਾਈ ਰਾਮਾ ਜੀ ਕਹਿੰਦਾ ਸਤ ਬਚਨ ਦਾਤਾ ਜੀ। ਗੁਰੂ ਪਿਤਾ ਕਹਿਣ ਲੱਗੇ ਪੁੱਤਰਾ ਉਸ ਥੜੇ ਦੇ ਉੱਤੇ ਸਿਆਲ ਦੀ ਰੋਤੇ ਨਾ ਅਸੀਂ ਅੰਮ੍ਰਿਤ ਵੇਲੇ ਜਦੋਂ ਸੂਰਜ ਦੀਆਂ ਕਿਰਨਾਂ ਚੜ੍ਹਿਆ ਕਰਨਗੀਆਂ ਨਾ, ਆਸਾ ਜੀ ਦੀ ਵਾਰ ਦੀਵਾਨ ਦੀ ਸਮਾਪਤੀ ਕਰਕੇ ਤੇ ਅੰਮ੍ਰਿਤ ਵੇਲੇ ਉਸ ਥੜੇ ਦੇ ਉੱਤੇ ਬਹਿ ਕੇ ਚੌਂਕੜਾ ਮਾਰ ਕੇ ਸੰਗਤਾਂ ਨੂੰ ਨਾਮ ਵੀ ਜਪਾਇਆ ਕਰਾਂਗੇ ਤੇ ਸੰਗਤ ਨੂੰ ਸੇਵਾ ਕਰਦਿਆਂ ਵੀ ਤੱਕਿਆ ਕਰਾਂਗੇ। ਐਸਾ ਬਚਨ ਗੁਰਦੇਵ ਨੇ ਕੀਤਾ। ਕਹਿੰਦਾ ਠੀਕ ਹੈ ਮਹਾਰਾਜ, ਕਿਹੜੀ ਗੱਲ ਹੈ, ਹੁਣੇ ਥੜਾ ਬਣਾ ਦਿੰਦੇ ਹਾਂ। ਵੱਡਾ ਜਵਾਈ ਮੰਨ ਕੇ ਬਚਨ ਤੁਰ ਪਿਆ। ਭਾਈ ਜੇਠਾ ਜੀ ਛੋਟੇ ਦਬਾਦ ਬੀਬੀ ਭਾਨੀ ਦੇ ਪਤੀ ਸੋਢੀ ਸੁਲਤਾਨ ਸਤਿਗੁਰੂ ਖਲੋਤੇ ਨੇ। ਮਹਾਰਾਜ ਮੇਰੇ ਹੀ ਕੀ ਹੁਕਮ? ਕਹਿੰਦੇ ਪੁੱਤਰ ਉਹੋ ਹੀ ਹੁਕਮ ਤੇਰੇ ਲਈ ਹੈ। ਉਹਨਾਂ ਨੇ ਚੜ੍ਹਦੇ ਬੰਨੇ ਥੜਾ ਬਣਾਉਣਾ ਹੈ, ਤੁਸੀਂ ਲਹਿੰਦੇ ਬੰਨੇ ਬਣਾਉਣ ਲੱਗ ਪਓ। ਦੋ ਥੜਿਆਂ ਦੀ ਲੋੜ ਹੈ। ਜਦੋਂ ਸੂਰਜ ਲਹਿੰਦੇ ਬੰਨੇ ਆ ਜਾਵੇਗਾ ਨਾ, ਉਦੋਂ ਅਸੀਂ ਲਹਿੰਦੇ ਬੰਨੇ ਸ਼ਾਮਾਂ ਦੇ ਟਾਈਮ ਅਸੀਂ ਚੌਂਕੜਾ ਮਾਰ ਕੇ ਬੌਲੀ ਦੇ ਲਹਿੰਦੇ ਬੰਨੇ ਸੰਗਤ ਨੂੰ ਸੇਵਾ ਕਰਦਿਆਂ ਤੱਕਿਆ ਕਰਾਂਗੇ। ਲਓ ਜੀ, ਕਾਰੀਗਰ ਲੈ ਲੈ, ਮਜ਼ਦੂਰ ਲੈ ਲੈ, ਸੀਮਿੰਟ ਇੱਟਾਂ ਵਗੈਰਾ ਲੈ ਲਈਆਂ। ਵੱਡਾ ਜਵਾਈ ਦੇ ਖੜ ਕੇ ਐਨ ਮਿਸਤਰੀਆਂ ਨੂੰ ਕਹਿੰਦਾ ਵਧੀਆ ਥੜਾ ਬਣਾ ਦਿਓ, ਤੇ ਭਾਈ ਜੇਠਾ ਜੀ ਕਹਿੰਦੇ ਕਰਮਾਂ ਵਾਲਿਓ ਇੱਟਾਂ ਨੂੰ ਧੋ ਧੋ ਕੇ ਲਿਆਉਂਦੇ ਨੇ, ਉਹਨਾਂ ਇੱਟਾਂ ਨੂੰ ਮੱਥੇ ਨੂੰ ਲਾਉਂਦੇ ਨੇ। ਆਹ ਗੱਲਾਂ ਸਾਡੇ ਜੀਵਨ ਦੇ ਵਿੱਚ ਭੈਣੋ ਕਦੋਂ ਆਉਣਗੀਆਂ? ਮਾਫ਼ ਕਰਨਾ, ਮੈਂ ਸਹਿਜਤਾ ਦੇ ਨਾਲ ਬਚਨ ਤਾਂ ਕਰਦਾ, ਗੱਲ ਉਹ ਜਿਹੜੀ ਸਾਡੇ ਦਿਲ ਵਿੱਚ ਘਰ ਕਰ ਜਾਵੇ, ਗੱਲ ਉਹ ਜਿਹੜੀ ਸਾਡੇ ਦਿਲੋਂ ਦਿਮਾਗ ਦੇ ਉੱਤੇ ਆਪਣੀ ਛਾਪ ਛੱਡ ਜਾਵੇ, ਆਪਣੀ ਰਹਿਮਤ ਦਾ ਬੀਜ ਸਤਿਗੁਰੂ ਜੀ ਸਾਡੇ ਦਿਮਾਗ ਵਿੱਚ ਬੀਜ ਦੇਣ। ਇਹ ਨਾ ਹੋਵੇ ਕਿ ਮੈਂ ਭਾਂਡੇ ਵੀ ਮਾਂਜੀ ਜਾਵਾਂ ਤੇ ਗਵਾਂਢੀਆਂ ਦੀਆਂ ਚੁਗਲੀਆਂ ਵੀ ਕਰੀ ਜਾਵਾਂ, ਨਹੀਂ ਉਹ ਕਰਮਾਂ ਵਾਲੀ। ਇਹ ਗੱਲ ਤੇ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਉਂਦੀ ਨਹੀਂ, ਨਿੰਦਾ ਭਲੀ ਕਿਸੇ ਕੀ ਨਹੀਂ। ਸੇਵਾ ਉਹ ਸਫਲ ਹੋਣੀ ਹੈ, ਲੰਗਰ ਉਹ ਪਕਾਇਆ ਸਫਲ ਹੋਣਾ ਹੈ ਨੌਜਵਾਨੋ, ਲੰਗਰ ਉਹ ਵਰਤਾਇਆ ਸਫਲ ਹੋਣਾ ਹੈ, ਭਾਂਡੇ ਉਹ ਮਾਂਜੇ ਸਫਲ ਹੋਣੇ ਆ ਜਿਹੜੇ ਗੁਰੂ ਪਿਤਾ ਦਾ ਨਾਮ ਜਪਦਿਆਂ ਧੋਤੇ ਜਾਣ, ਜਿਹੜੇ ਗੁਰੂ ਪਿਤਾ ਦੇ ਨਾਮ ਜਪਦਿਆਂ ਰੋਟੀਆਂ ਪਕਾਈਆਂ ਜਾਣ। ਜੇ ਰੋਟੀਆਂ ਵੇਲਦਿਆਂ ਆਪਾਂ ਗਵਾਂਢੀਆਂ ਦੀਆਂ ਚੁਗਲੀਆਂ ਕਰੀਏ, ਉਹ ਗੁਰੂ ਦਰਬਾਰ ਦੀ ਸੇਵਾ ਕਿਵੇਂ ਪ੍ਰਵਾਨ ਹੋ ਜਾਵੇ? ਇਹ ਗੱਲ ਦਿਲ ਵਿੱਚ ਘਰ ਘਰ ਜਾਣੀ ਚਾਹੀਦੀ ਹੈ। ਸਭ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਜੇ ਗੁਰੂ ਮਹਾਰਾਜ ਤੁਹਾਡੀ ਸੇਵਾ ਦੇ ਉੱਤੇ ਖੁਸ਼ ਨਹੀਂ ਹੋਏ ਤੇ ਫਲ ਕੀ ਲੱਗਣਾ? ਹੱਥ ਬੰਨ੍ਹ ਬੰਨ੍ਹ ਕੇ ਬੇਨਤੀ ਕਰਦੇ ਆ ਰਹੇ ਹਾਂ, ਮੇਰਾ ਮਾਲਕ ਸਾਡੇ ਵੀ ਦਿਲੋਂ ਦਿਮਾਗ ਦੇ ਵਿੱਚ ਆਪਣੀ ਰਹਿਮਤ ਦੀ ਇੱਕ ਕਣੀ ਪਾ ਦੇਵੇ, ਅਸੀਂ ਵੀ ਸਤਿਗੁਰੂ ਦਾ ਜਸ ਕਰਦੇ ਉਹ ਕਰਮਾਂ ਵਾਲੇ ਉਹ ਕਦੇ ਵੀ ਹੰਕਾਰ ਵਿੱਚ ਨਾ ਆਈਏ। ਇੱਕ ਵਾਰੀ ਸਾਰੇ ਜਣੇ ਗੱਜ ਕੇ ਕਹਿ ਦਿਓ ਸਤਨਾਮ। ਹੁਣ ਵੇਖੋ ਕਿੰਨਾ ਅੰਤਰ, ਉਹ ਏਦਾਂ ਖੜ ਗਿਆ, ਕਹਿੰਦਾ ਕਾਰੀਗਰ ਲਾਓ ਇੱਟਾਂ ਬਣਾਓ, ਥੜਾ ਵਧੀਆ ਬਣਾਓ, ਮਹਾਰਾਜ ਨੂੰ ਪਸੰਦ ਆ ਜਾਵੇ। ਤੇ ਛੋਟਾ ਜਿਹਨੇ ਗੁਰੂ ਦੀਆਂ ਰਹਿਮਤਾਂ ਲੈਣੀਆਂ, ਇੱਕ ਇੱਕ ਇੱਟ ਨੂੰ ਮੱਥੇ ਨੂੰ ਲਾਉਂਦਾ ਹੈ, ਮੂਲ ਮੰਤਰ ਪੜਿਆ ਦਾਰੀ ਆਈ, ਅਰਦਾਸ ਬੇਨਤੀ ਕਰਦਾ
ਸਾਰਿਆ ਪਿਆਰ ਜੋ ਇਟ ਮੈਂ ਜੋਜੀ ਪ੍ਰੀਤਮ ਦੇ ਸਤਿਗੁਰੂ ਰਾਮਦਾਸ ਵਾਹਿਗੁਰੂ ਅਮਰਦਾਸ ਮਹਾਰਾਜ ਦੁਨੀਆ ਦੇ ਮਾਲਕ ਦੇ ਬੈਠਣ ਵਾਸਤੇ ਥੜਾ ਬਣਾ ਰਿਹਾ ਵਡਭਾਗਣਾ ਜੇ ਤੁਸੀਂ ਇਹ ਥੜਾ ਤੁਹਾਡੇ ਨਾਲ ਤਿਆਰ ਹੋਣਾ ਹੈ ਤੇ ਜਿਹਦੇ ਉੱਤੇ ਦੀਨ ਦੁਨੀ ਦੇ ਮਾਲਕ ਨੇ ਬਹਿ ਕੇ ਸੰਗਤ ਨੂੰ ਨਾਮ ਜਪਾਉਣਾ ਇਹ ਲੱਖਾਂ ਦੇ ਵਿਹੜੇ ਪਾਰ ਕਰਦੇ ਨੇ ਸ਼ਾਮਾਂ ਤੱਕ ਥੜੇ ਬਣ ਗਏ ਸੋਢੀ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਆ ਗਏ ਭਾਈ ਗੁਰਦਾਸ ਜੀ ਨਾਲ ਨੇ ਬਾਬਾ ਬੁੱਢਾ ਜੀ ਨਾਲ ਨੇ ਕਹਿੰਦੇ ਚਲੋ ਪਹਿਲਾਂ ਆਪਾਂ ਵੱਡੇ ਜਵਾਈ ਵਾਲਾ ਥੜਾ ਦੇਖਦੇ ਭਾਈ ਰਾਮਾ ਜੀ ਥੜਾ ਬਣ ਗਿਆ ਹੱਥ ਜੋੜ ਕੇ ਕਹਿੰਦਾ ਦਾਤਾ ਜੀ ਥੜਾ ਬਣ ਗਿਆ ਮਹਾਰਾਜ ਨੇ ਥੜੇ ਦੇ ਚਾਰ ਚ ਫਿਰ ਫਿਰ ਕੇ ਵੇਖਿਆ ਨਹੀਂ ਰਾਮਾ ਜੀ ਕਹਿੰਦੇ ਸਾਡੇ ਪਸੰਦ ਦਾ ਨਹੀਂ ਬਣੇ ਢਾ ਦਿਓ ਬਿਲਕੁਲ ਸਾਡੀ ਪਸੰਦ ਦਾ ਨਹੀਂ ਬਣਿਆ ਇਹ ਥੜਾ ਢਾ ਦਿਓ ਵੇਖੋ ਕਿੱਦਾਂ ਦੇ ਪਰਚੇ ਪੈਂਦੇ ਨੇ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਦੀ ਲੀਲਾ ਅਸੀਂ ਨਵਾਂਏ ਬੰਦੇ ਕੀ ਜਾਣ ਸਕਦੇ ਹਾਂ ਇਹ ਤੇ ਸਤਿਗੁਰੂ ਆਪਣੀ ਕਿਰਪਾ ਕਰਨ ਸਾਨੂੰ ਉਹ ਦਿਮਾਗ ਦੇ ਦੇਣ ਸਾਨੂੰ ਉਹ ਅੱਖਾਂ ਦੇ ਦੇਣ ਸਾਡੇ ਹਿਰਦੇ ਦੇ ਵਿੱਚ ਉਹਨਾਂ ਦੇ ਨਾਮ ਦੀ ਕਣੀ ਜਿਹੜੀ ਉਹ ਘਰ ਘਰ ਜਾਵੇ ਕਿ ਅਸੀਂ ਗੁਰੂ ਮਹਾਰਾਜ ਸੱਜੇ ਪਾਤਸ਼ਾਹ ਦੀਆਂ ਰਹਿਮਤਾਂ ਦੇ ਪਾਤਰ ਬਣ ਜਾਈਏ ਗੁਰੂ ਪਿਤਾ ਕਹਿੰਦੇ ਰਾਮਾ ਜੀ ਥੋੜਾ ਪਸੰਦ ਦਾ ਨਹੀਂ ਬਣਿਆ ਢਾ ਦਿਓ ਚਲੋ ਭਾਈ ਗੁਰਦਾਸ ਜੀ ਚੱਲ ਕੇ ਦੂਜੇ ਬੰਦੇ ਵਾਲਾ ਵੀ ਦੇਖੀਏ ਜਦੋਂ ਉਧਰੇ ਆਏ ਨਾ ਜੇਠਾ ਜੀ ਥੜਾ ਬਣ ਗਿਆ ਕਹਿੰਦਾ ਦਾਦਾ ਤੁਸਾਂ ਹੁਕਮ ਕੀਤਾ ਸੀ ਮੈਂ ਤਾਰੀਫ ਕੀਤੀ ਹੈ ਦੇਖ ਲਓ ਪਸੰਦ ਕਰ ਲਓ ਮਹਾਰਾਜ ਕਹਿੰਦੇ ਪੁੱਤਰਾ ਪਸੰਦ ਦਾ ਨਹੀਂ ਬਣਿਆ ਢਾ ਦਿਓ ਮੁੱਕਦੀ ਗੱਲ ਉਧਰੇ ਬਣੇ ਤੇ ਉਧਰੇ ਢਹਿ ਗਏ ਦਿਨ ਦੂਜਾ ਆ ਗਿਆ ਮਹਾਰਾਜ ਨੇ ਦੋਨੋਂ ਫੇਰ ਸੱਦ ਲਏ ਕਹਿੰਦੇ ਚਲੋ ਅੱਜ ਥੜੇ ਵਧੀਆ ਬਣਾਇਓ ਬਹੁਤ ਯਤਨ ਕੀਤਾ ਕਰਮਾਂ ਵਾਲਿਓ ਕਾਰੀਗਰਾਂ ਨੂੰ ਦੱਬ ਕੇ ਮਾਰੀ ਜਾਵੇ ਬੀਬੀ ਦਾਨੀ ਦਾ ਪਤੀ ਭਾਈ ਰਾਮਾ ਵੱਡਾ ਜਵਾਈ ਕੱਲ ਮਹਾਰਾਜ ਜੇ ਪਸੰਦ ਨਹੀਂ ਆਇਆ ਮੈਂ ਕਿਹਾ ਸੀ ਨਾ ਚੰਗਾ ਬਣਾਇਓ ਤੁਹਾਨੂੰ ਇਨਾਮ ਦਵਾਵਾਂਗਾ ਉਹ ਭਰਿਆ ਤੂੰ ਕਾਹਦੇ ਵਾਸਤੇ ਹੁਕਮ ਤੇ ਤੈਨੂੰ ਹੋਇਆ ਅੱਗੇ ਚੱਲ ਕੇ ਇਹ ਵੀ ਮੈਂ ਬੇਨਤੀ ਕਰਾਂਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਨਗਰ ਦਾ ਪਹਿਲਾ ਤਖਤ ਹੈ ਨਾ ਉਹ ਕਿਸੇ ਕਾਰੀਗਰ ਨੇ ਨਹੀਂ ਭੈਣੋ ਬਣਾਇਆ ਬਾਬਾ ਬੁੱਢਾ ਜੀ ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਨੇ ਆਪ ਬਣਾਇਆ ਹੈ ਗੱਜ ਕੇ ਕਹਿ ਦਿਓ ਸਤਨਾਮ ਉਹ ਕਿੱਦਾਂ ਬਣਾਇਆ ਉਹ ਮੈਂ ਅੱਗੇ ਚੱਲ ਕੇ ਜ਼ਿਕਰ ਕਰਾਂਗਾ ਲਓ ਜੀ ਸ਼ਾਮਾਂ ਪਈਆਂ ਤੇ ਗੁਰੂ ਪਿਤਾ ਫਿਰ ਥੜੇ ਵੇਖਣ ਵਾਸਤੇ ਆ ਗਏ ਅੱਜ ਵੀ ਮਹਾਰਾਜ ਨੇ ਨਾਂ ਵਿੱਚ ਸਿਰ ਫੇਰ ਦਿੱਤਾ ਕਹਿੰਦੇ ਢਾ ਦਿਓ ਉਹਨੇ ਵੀ ਢਾ ਦਿੱਤਾ ਤੇ ਉਹਨੇ ਵੀ ਢਾ ਦਿੱਤਾ ਅੱਜ ਤੀਜਾ ਔਰ ਆਖਰੀ ਦਿਨ ਆ ਗਿਆ ਹੈ ਪਰਖ ਦੀ ਘੜੀ ਆ ਗਈ ਜਾਓ ਮੇਰੇ ਉਹ ਪੁੱਤਰ ਪਹਿਲਿਆਂ ਦੋ ਦਿਨਾਂ ਵਾਂਗੂ ਥੜੇ ਵਿੰਗੇ ਟੇਡੇ ਨਾ ਬਣਨ ਇਹ ਧਾਰਾਂ ਸਦੀਆਂ ਹੋਣੀਆਂ ਚਾਹੀਦੀਆਂ ਨੇ ਜੇ ਕਿਤੇ ਵਰਖਾ ਹੋਵੇ ਤੇ ਉਹਦੇ ਉੱਤੇ ਪਾਣੀ ਵੀ ਜਿਹੜਾ ਹੈ ਨਾ ਉਹ ਖੜਨਾ ਨਹੀਂ ਚਾਹੀਦਾ ਆ ਤਕਨੀਕ ਦੇਖੀ ਹੈ ਨਾ ਤੁਸੀਂ ਵਾਹਿਗੁਰੂ ਕਿਰਪਾ ਕਰੇ ਤਕਨੀਕ ਤਾਂ ਹੈ ਜੇ ਸਰਕਾਰ ਲੱਖ ਰੁਪਈਆ ਲਾਉਂਦੀ ਹੈ ਤੇ ਲੱਖ ਰੁਪਈਆ ਲੱਗਦਾ ਹੈ ਮੇਰੇ ਦੇਸ਼ ਵਿੱਚ ਕਿਉਂ ਸੜਕਾਂ ਡੁੱਬ ਜਾਂਦੀਆਂ ਕਿਉਂਕਿ ਕਰਮਾਂ ਵਾਲਿਓ ਲੱਖ ਰੁਪਈਏ ਦੇ ਵਿੱਚੋਂ ਹੁਣ ਮੈਂ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਸਾਰਾ ਕੁਝ ਹੀ ਖਾ ਲੈਂਦੇ ਨੇ ਗੱਜ ਕੇ ਆਖੋ ਸਤਨਾਮ ਗੁਰੂ ਕਿਰਪਾ ਕਰੇ ਸ਼ਾਮਾਂ ਪੈ ਗਈਆਂ ਗੁਰੂ ਪਿਤਾ ਵੱਡੇ ਜਵਾਈ ਵਾਲਾ ਥੜਾ ਵੇਖਣ ਚਲੇ ਗਏ ਗੱਲ ਧਿਆਨ ਨਾਲ ਸੁਣਿਓ ਰਾਮਾ ਜੀ ਅੱਜ ਭਾਈ ਰਾਮਾ ਨੇ ਸੀਸ ਨਹੀਂ ਝੁਕਾਇਆ ਮਹਾਰਾਜ ਨੂੰ ਹੰਕਾਰ ਵਿੱਚ ਹੈ ਮੈਂ ਚੰਗਾ ਜਵਾਈ ਮਹਾਰਾਜ ਦਾ ਸਤਿਗੁਰੂ ਕਹਿੰਦੇ ਰਾਮਾ ਜੀ ਪੁੱਤਰ ਥੜਾ ਬਣ ਗਿਆ ਮੱਥੇ ਤੇ ਵੱਟ ਪਾ ਕੇ ਕਹਿੰਦਾ ਬਣਾਇਆ ਹੈ ਜੇ ਤੇਰੇ ਕਿਤੇ ਪਸੰਦ ਆ ਗਿਆ ਤੇ ਗੱਜ ਕੇ ਕਹਿ ਦਿਓ ਸਤਨਾਮ ਉਹ ਏਦਾਂ ਦੀ ਬੋਲੀ ਉਹ ਵੀ ਮੁਕਤੀਆਂ ਦੇ ਦਾਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਅੱਗੇ ਕਹਿੰਦਾ ਸਤਿਗੁਰੂ ਜੀ ਬਣਾਇਆ ਹੈ ਜੇ ਤੁਹਾਡੇ ਪਸੰਦ ਆ ਜਾਵੇ ਤੇ ਮਹਾਰਾਜ ਬੋਲੇ ਨਹੀਂ ਚਲੇ ਗਏ ਦੂਜੇ ਬੰਨੇ ਭਾਈ ਜੇਠਾ ਜੀ ਥੜਾ ਬਣ ਗਿਆ ਹੈ ਚਰਨਾਂ ਦੇ ਉੱਤੇ ਸਿਰ ਰੱਖ ਕੇ ਕਹਿੰਦਾ ਦਾਤਾ ਤੁਸਾਂ ਹੁਕਮ ਕੀਤਾ ਮੈਂ ਤਾਂ ਵਿਹਲ ਕੀਤੀ ਮਹਾਰਾਜ ਮੈਂ ਅਣਜਾਣ ਹਾਂ ਮੈਂ ਕੀ ਜਾਣਾ ਮੇਰੇ ਦੁਨੀਆਂ ਦੇ ਮਾਲਕਾ ਜਿੰਨੀ ਕੁ ਸੋਝੀ ਤੂੰ ਨਮਾਣੇ ਨੂੰ ਦਿੱਤੀ ਹੈ ਨਾ ਜਿੰਨੀ ਕੁ ਰਹਿਮਤ ਤੂੰ ਮੇਰੇ ਤੇ ਕੀਤੀ ਉਹਦੇ ਮੁਤਾਬਕ ਤੁਹਾਡੇ ਬੱਚੇ ਨੇ ਯਤਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਇਹ ਮਹਾਨ ਤੇ ਪਵਿੱਤਰ ਤੇ ਉਦੋਂ ਬਣਨਾ ਹੈ ਜਦੋਂ ਤੁਸੀਂ ਚੌਂਕੜਾ ਮਾਲਕੇ ਦੇ ਉੱਤੇ ਬੈਠੋਗੇ ਗੱਜ ਕੇ ਆਖੋ ਸਤਨਾਮ ਸਤਿਗੁਰੂ ਕਹਿੰਦੇ ਪੁੱਤਰਾ ਬਸ ਆਹ ਹੀ ਗੱਲ ਸੁਣਨੀ ਸੀ ਵੱਡਾ ਫੇਲ ਹੋ ਗਿਆ ਪਰਚੇ ਵਿੱਚੋਂ ਆਓ ਭਾਜੀ ਪੁੱਤਰ ਆਓ ਭਾਈ ਜੇਠਾ ਜੀ ਬੜੇ ਇਦਾਂ ਦੇ ਮਹਾਰਾਜ ਨੇ ਪਰਚੇ ਪਾਏ ਤੇ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਅੰਦਰ ਛੱਡ ਕੇ ਵੱਡੇ ਜਵਾਈ ਤੇ ਦੋਨੋਂ ਹੀ ਪੁੱਤਰ ਬਾਬਾ ਮੋਹਨ ਤੇ ਬਾਬਾ ਮੋਹਰੀ ਮਹਾਰਾਜ ਨੇ ਗੁਰਗੱਦੀ ਭਾਈ ਜੇਠਾ ਜੀ ਨੂੰ ਬਖਸ਼ਿਸ਼ ਕਰਕੇ ਉਹਨਾਂ ਦਾ ਨਾਮ ਰੱਖਿਆ ਗੁਰੂ ਰਾਮਦਾਸ
ਤੇ ਇਹ ਪਿਛਲੀ ਪਰੰਪਰਾ ਸੀ ਬਾਬਾ ਬੁੱਢਾ ਜੀ ਦੇ ਕੋਲੋਂ ਖੁਰਤਾ ਗੱਦੀ ਦਾ ਤਿਲਕ ਲਗਵਾ ਦਿੱਤਾ, ਪੰਜ ਪੈਸੇ ਲੈ ਕੇ ਨਾਲੀਆਂ ਲੈ ਕੇ ਪਰਿਕਰਮਾ ਕਰਕੇ ਮੱਥਾ ਟਕਵਾ ਕੇ ਮੁਖੀ ਸਿੱਖਾਂ ਨੂੰ ਹੁਕਮ ਕਰ ਦਿੱਤਾ ਵੀ ਸਾਡੀ ਜੋਤ ਇਹਨਾਂ ਦੇ ਵਿੱਚ ਜਗ ਗਈ ਹੈ ਤੇ ਇਹਨਾਂ ਨੂੰ ਮੱਥਾ ਟੇਕੋ। ਤੇ ਵਚਨ ਕੀਤਾ ਪੁੱਤਰਾ ਆਪਣਿਆਂ ਤਿੰਨਾਂ ਪੁੱਤਰਾਂ ਨੂੰ ਆਪਣੀ ਜੀਵਨ ਸਾਥਣ ਬੀਬੀ ਭਾਣੀ ਨੂੰ ਨਾਲ ਲੈ ਕੇ ਗੋਇੰਦਵਾਲ ਨੂੰ ਤੈਨੂੰ ਛੱਡਣਾ ਪੈਣਾ, ਇੱਥੇ ਮੇਰੇ ਪੁੱਤਰ ਈਰਖਾ ਕਰਨਗੇ, ਵੱਡੀ ਧੀ ਤੇ ਵੱਡਾ ਜਵਾਈ ਭਾਈ ਰਾਮਾ ਤੇਰੇ ਨਾਲ ਈਰਖਾ ਕਰੇਗਾ, ਮੇਰਾ ਸਰੀਕਾ ਭਾਈ ਕਿਆਰਾ ਤੇਰੇ ਨਾਲ ਈਰਖਾ ਕਰੇਗਾ, ਪੁੱਤਰਾ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਥੋਂ ਚਲੇ ਜਾਵੋ, ਉਹ ਪੁੰਗ ਪਿੰਡ ਦੇ ਕੋਲ ਜੰਗਲਾਂ ਵਿੱਚ ਜਾ ਕੇ ਮੰਗਲ ਲਾ ਦਿਓ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਪਿਤਾ ਗੁਰਦੇਵ ਦੇ ਚਰਨ ਪਰਸੇ ਲੈ ਕੇ ਆ ਗਿਆ, ਕਰਮਾਂ ਵਾਲੇ ਉਹ ਇੱਥੇ ਆ ਗਏ, ਜਿਹਨੂੰ ਆਪਾਂ ਅੰਮ੍ਰਿਤਸਰ ਕਹਿੰਦੇ ਆ ਨਾ, ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਪਹਿਲਾਂ ਆ ਕੇ ਤੰਬੂ ਲਾਇਆ, ਧਿਆਨ ਦਿਓ ਜਰਾ, ਤੰਬੂ ਲਾ ਕੇ ਇੱਥੇ ਟੱਪ ਲਾ ਕੇ ਇਸ ਮਹਾਨ ਸ਼ਹਿਰ ਦਾ ਨਾਮ ਮਹਾਰਾਜ ਨੇ ਰੱਖਿਆ ਕੁੰਭ ਨਗਰ। ਗੱਜ ਕੇ ਆਖੋ ਸਤਨਾਮ, ਇਤਿਹਾਸ ਪੜ੍ਹੋ, ਮਹਾਰਾਜ ਨੇ ਪਹਿਲਾ ਨਾਮ ਇਹਦਾ ਕੁੰਭ ਨਗਰ ਰੱਖਿਆ। ਤੇ ਜਦੋਂ ਫਿਰ ਸੰਗਤਾਂ ਆਉਣ ਲੱਗ ਪਈਆਂ, ਸਤਿਗੁਰੂ ਜੀ ਨੇ ਬਾਜ਼ਾਰ ਬਣਵਾ ਦਿੱਤੇ, ਇਹ ਸਾਰੀ ਰਹਿਮਤ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੀ ਹੋਈ ਹੈ, ਪਹਿਲਾਂ ਇੱਥੇ ਕੋਈ ਸ਼ਹਿਰ ਨਹੀਂ ਸੀ। ਵੇਖੋ ਕਿੱਡੀ ਮਹਾਨ ਕਿਰਪਾ ਹੈ, ਬਾਬਾ ਬੁੱਢਾ ਜੀ ਵਾਲੀ ਬੇਰ, ਬੀਬੀ ਰਜਨੀ ਵਾਲੀ ਬੇਰ, ਇੱਧਰ ਭਾਈ ਸਾਧੋ ਵਾਲੀ ਬੇਰ, ਲਓ ਜੀ ਲੱਗ ਗਈਆਂ ਰੌਣਕਾਂ, ਭਾਂਤ ਭਾਂਤ ਦੇ ਕਾਰੀਗਰ ਆ ਗਏ। ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਦੀਆਂ ਧੁਨਾਂ ਧੁਮਾਂ ਜਿਹੜੀਆਂ ਚੌਹਾਂ ਕੁੰਟਾਂ ਦੇ ਵਿੱਚ ਪੈ ਗਈਆਂ, ਗੁਰੂ ਰਾਮਦਾਸ ਮਹਾਰਾਜ ਆਪਣੇ ਤਿੰਨਾਂ ਪੁੱਤਰਾਂ ਤੇ ਪਤਨੀ ਨੂੰ ਲੈ ਕੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਦਰਬਾਰ ਲਾਉਂਦੇ, ਬਾਣੀ ਦਾ ਕੀਰਤਨ ਹੁੰਦਾ, ਜੈ ਜੈਕਾਰਾਂ ਹੁੰਦੀਆਂ, ਕਿੱਧਰ ਗੁਰੂ ਕੀ ਸੰਗਤ ਕੋਠੇ ਹਾਰ ਤੱਕ, ਕਾਬਲ ਕੰਧਾਰ ਤੱਕ, ਕਿੱਧਰ ਅਸਾਮ ਦਹਾਟੀ ਤੇ ਇੱਧਰ ਗੁਰੂ ਕੀ ਸੰਗਤ ਕਲਕੱਤੇ ਤੇ ਉੱਧਰ ਪੂਨਾ, ਕਿੱਧਰ ਸਤਾਰਾ ਹੈ ਗੁਰੂ ਕੀ ਸੰਗਤ ਬੰਬਈ ਤੱਕ, ਯੂਪੀ ਸੀਪੀ ਦੱਖਣ, ਮੱਧਿਆ ਪ੍ਰਦੇਸ਼, ਉੱਤਰ ਪ੍ਰਦੇਸ਼, ਚਾਰ ਚੁਫੇਰੇ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸੋਢੀ ਸੁਲਤਾਨ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਈਆਂ। ਕਿ ਚੌਥੇ ਗੁਰੂ ਰਾਮਦਾਸ ਮਹਾਰਾਜ ਦੀ ਉਮਰ ਬਹੁਤ ਛੋਟੀ ਸੀ, ਜਿਹੜੀ ਉਮਰ ਬਾਕੀ ਬਚੀ ਹੈ ਨਾ, ਇਹ ਤੀਜੇ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਣੀ ਦੇ ਪਤੀ ਆਪਣੇ ਛੋਟੇ ਜਵਾਈ ਨੂੰ ਆਪਣੀ ਉਮਰ ਦੇ ਵਿੱਚੋਂ ਦਾਨ ਦਿੱਤੀ ਸੀ ਕਰਮਾਂ ਵਾਲੀ ਉਹ ਉਮਰ। ਮਹਾਰਾਜ ਦੇ ਤਿੰਨ ਪੁੱਤਰ ਬਾਬਾ ਪਿਰਥੀ ਚੰਦ, ਬਾਬਾ ਮਹਾਂਦੇਵ ਤੇ ਛੋਟੇ ਪੰਚਮਗਰ ਦੇਵ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਛੋਟੀ ਉਮਰਾਂ ਜਾਣ ਕੇ ਗੁਰਦੇਵ ਪਿਤਾ ਨੇ ਤਿੰਨਾਂ ਪੁੱਤਰਾਂ ਦੇ ਜੀਵਨ ਵਿੱਚ ਪਰਚਾ ਪਾ ਦਿੱਤਾ ਹੈ ਕਿ ਅਸਾਂ ਤੇ ਸੱਚਖੰਡ ਨੂੰ ਚਲੇ ਜਾਣਾ ਹੈ, ਪਰ ਪੰਜਵੀਂ ਜੋਤ ਕਿਹੜੇ ਪੁੱਤਰ ਦੇ ਵਿੱਚ ਜਗਾਉਣੀ ਹੈ, ਕਿਹੜਾ ਆਗਿਆਕਾਰੀ ਪੁੱਤਰ ਹੈ। ਲਓ ਇਹ ਇਤਿਹਾਸ ਦੀ ਲੜੀ ਆਪਾਂ ਆਰੰਭ ਕਰਨ ਲੱਗੇ ਹਾਂ। ਮਹਾਰਾਜ ਤੇ ਗੁਰੂ ਕੀ ਸੰਗਤ ਤਾਏ ਦਾ ਪੁੱਤ ਭਰਾ ਹੋਇਆ ਹੈ, ਇੱਕ ਬੜਾ ਅਮੀਰ ਬੰਦਾ ਸੀ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦੇ ਤਾਏ ਦਾ ਪੁੱਤ, ਉਹਦਾ ਨਾਂ ਸੀ ਸਹਾਰੀ ਮੱਲ। ਗੁਰੂ ਘਰ ਵਿੱਚ ਪਰਚੇ ਕਿੱਦਾਂ ਦੇ ਪੈਂਦੇ ਨੇ, ਸਹਾਰੀ ਮੱਲ ਲਾਹੌਰ ਦੇ ਵਿੱਚ ਇੱਕ ਮੰਨਿਆ ਹੋਇਆ ਸੇਠ ਸੀ, ਉਹਦਾ ਪੁੱਤਰ ਜਵਾਨ ਹੋਇਆ ਤੇ ਉਹਨੇ ਆਪਣੇ ਪੁੱਤਰ ਦਾ ਮੰਗਣਾ ਕਰਕੇ ਪੁੱਤਰ ਦਾ ਵਿਆਹ ਰੱਖ ਲਿਆ। ਘਰ ਵਾਲੀ ਕਹਿੰਦੀ ਮੇਰੇ ਪਤੀ ਜੀ, ਉਹ ਕਹਿਣ ਲੱਗਾ ਬੋਲ, ਕਹਿੰਦੀ ਜਿਹੜਾ ਆਪਣਾ ਯਤੀਮ ਜੇਠਾ ਸੀ ਗੁਰੂ ਅਮਰਦਾਸ ਨੇ ਆਪਣਾ ਜਵਾਈ ਬਣਾ ਕੇ ਤੇ ਉਹਨੇ ਸੇਵਾ ਕਰ ਕਰਕੇ ਚੌਥੇ ਗੁਰੂ ਦੀ ਪਦਵੀ ਲੈ ਲਈ ਹੈ, ਤੀਜੇ ਗੁਰੂ ਨੇ ਉਹਨੂੰ ਗੁਰਤਾ ਗੱਦੀ ਦਾ ਤਿਲਕ ਲਗਵਾ ਦਿੱਤਾ, ਅੰਮ੍ਰਿਤਸਰ ਨਾਮ ਦਾ ਸ਼ਹਿਰ ਉਹਨੇ ਆਬਾਦ ਕਰ ਦਿੱਤਾ, ਦੁਨੀਆਂ ਵਿੱਚ ਉਹਦੇ ਨਾਮ ਦੀ ਜੈ ਜੈਕਾਰ ਹੋ ਗਈ ਹੈ, ਲੱਖਾਂ ਲੋਕ ਉਹਨੂੰ ਮੱਥੇ ਟੇਕਦੇ ਨੇ, ਕਹਿੰਦਾ ਮੈਂ ਵੀ ਜਾਣਦਾ। ਤੇ ਹੱਥ ਬੰਨ ਕੇ ਸਹਾਰੀ ਮੱਲ ਦੀ ਘਰ ਵਾਲੀ ਕਹਿੰਦੀ ਫਿਰ ਘਰ ਵਿੱਚ ਆਪਾਂ ਮੁੰਡੇ ਦਾ ਵਿਆਹ ਰੱਖਿਆ ਤੇ ਫਿਰ ਸੋਢੀ ਸੁਲਤਾਨ ਗੁਰੂ ਰਾਮਦਾਸ ਦਾ ਦੁਨੀਆਂ ਵਿੱਚ ਨਾਂ ਹੈ, ਸਭ ਤੋਂ ਪਹਿਲਾਂ ਤੁਸੀਂ ਲਾਹੌਰ ਨੂੰ ਅੰਮ੍ਰਿਤਸਰ ਜਾਓ, ਜਾ ਕੇ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ, ਕਿਉਂਕਿ ਤੁਹਾਡਾ ਛੋਟਾ ਭਰਾ ਹੈ, ਹੱਥ ਜੋੜ ਕੇ ਬੇਨਤੀ ਕਰੋ ਕਿ ਜਦੋਂ ਮੁੰਡੇ ਨੂੰ ਸ਼ਗਨ ਲੱਗਣਾ ਹੈ, ਜਦੋਂ ਸਾਡੇ ਕਾਕੇ ਦੀ ਜੰਝ ਚੜ੍ਹਦੀ ਹੈ ਮਹਾਰਾਜ, ਤੁਸੀਂ ਉਦੋਂ ਦੋ ਦਿਨ ਵਾਸਤੇ ਅੰਮ੍ਰਿਤਸਰ ਨੂੰ ਛੱਡ ਕੇ ਲਾਹੌਰ ਆਓ, ਸਾਡੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਵੋ, ਆਪਾਂ ਇੱਕ ਦੂਜੇ ਨੂੰ ਇੰਨਾ ਸੱਦਾ ਦਿੰਦੇ ਹਾਂ ਨਾ। ਲਓ ਸੁਣਿਓ ਜਰਾ, ਢਾਡੀ ਕਲਾ ਦਾ ਇੱਕ ਪਿਆਰਾ ਜਿਹਾ ਅੰਗ, ਘਰਵਾਲੀ ਦੇ ਆਖੇ ਲੱਗ ਕੇ ਚੜਿਆ ਰੱਥ ਦੇ ਉੱਤੇ ਸਹਾਰੀ ਮੱਲ, ਮਠਿਆਈਆਂ ਲੈ ਲਈਆਂ, ਲੈ ਲਈਏ ਫਰੂਟ ਦੇ ਟੋਕਰੇ, ਉੱਥੋਂ ਵਾਹਿਗੁਰੂ ਦਾ ਜਾਪ ਕਰਦਾ ਆ ਗਿਆ ਗੁਰੂ ਦੀ ਸੰਗਤ ਅੰਮ੍ਰਿਤਸਰ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਦਾ ਲੱਗਾ ਹੋਇਆ ਦਰਬਾਰ, ਆਸਾ ਜੀ ਵਾਰ ਦਾ ਪਿਆ ਭੋਗ, ਅਰਦਾਸੀਏ ਸਿੰਘ ਨੇ ਅਰਦਾਸ ਕੀਤੀ, ਗੁਰੂ ਪਿਤਾ ਨੇ ਸੰਗਤ ਨੂੰ ਉਪਦੇਸ਼ ਦਿੱਤਾ, ਜਦੋਂ ਕੜਾ ਪ੍ਰਸ਼ਾਦ ਦੇ ਗੱਫੇ ਵਰਤਾਏ ਕਹਿੰਦੇ ਇੰਨੇ ਚਿਰ ਨੂੰ ਮਹਾਰਾਜ ਦੇ ਤਾਏ ਦਾ ਪੁੱਤ ਦਰਬਾਰ ਦੇ ਵਿੱਚ ਹਾਜ਼ਰ ਹੋਇਆ, ਤਾਏ ਦਾ ਪੁੱਤ ਸੀ ਨਾ। ਸਤਿਗੁਰੂ ਜੀ ਉੱਠ ਕੇ ਖੜੇ ਹੋਏ, ਵੱਡਾ ਭਰਾ ਹੈ ਇਹਦਾ ਸਤਿਕਾਰ ਕਰੀਏ, ਪਰ ਤੱਕੋ ਜਰਾ, ਗੁਰੂ ਮਹਾਰਾਜ ਨੂੰ ਸਤਿਗੁਰੂ ਜਾਣ ਕੇ ਸਹਾਰੀ ਮੱਲ ਸ਼ਾਨ ਵੇਖ ਕੇ ਗੁਰੂ ਦਰਬਾਰ ਦੀ ਚਰਨਾਂ ਦੇ ਉੱਤੇ ਝੁਕ ਗਿਆ। ਮਹਾਰਾਜ ਕਹਿੰਦੇ ਆਓ ਭਰਾਤਾ ਜੀ,
ਤੁਸੀਂ ਮੇਰੇ ਵੱਡੇ ਭਰਾ ਲੱਗਦੇ ਹੋ, ਧੰਨ ਭਾਗ ਲਾਹੌਰ ਤੋਂ ਚੱਲ ਕੇ ਸਾਨੂੰ ਦਰਸ਼ਨ ਦੇਣ ਵਾਸਤੇ ਆਏ ਮੇਰੇ ਤਾਏ ਦੇ ਪੁੱਤ ਭਰਾ, ਅੱਜ ਗੁਰੂ ਨਾਨਕ ਦੇ ਦਰ ਵਿੱਚ ਕਿਵੇਂ ਆਉਣਾ ਹੋਇਆ? ਲਓ ਜੀ, ਉਸ ਵੇਲੇ ਉਹਨੇ ਫਿਰ ਗੁਰੂ ਮਹਾਰਾਜ ਨੂੰ ਨਿਉਂਦਾ ਕਿੱਦਾਂ ਦਿੱਤਾ ਵੀ ਮਹਾਰਾਜ ਮੇਰੇ ਪੁੱਤਰ ਦਾ ਵਿਆਹ ਹੈ ਤੇ ਸਾਡੇ ਘਰ ਵਿੱਚ ਆਓ। ਇਹਦੇ ਉੱਤੇ ਲਿਖਿਆ ਹੋਇਆ ਇਹ ਮਹਾਨ ਗੀਤ ਵਾਹਿਗੁਰੂ ਦੀ ਕਿਰਪਾ ਹੈ, ਸੁਣਿਓ ਪਿਆਰ ਦੇ ਨਾਲ ਪਾ ਕੇ ਘਰ ਵਿੱਚ ਪਲਾ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਨੂੰ ਉਹਨਾਂ ਦੇ ਤਾਏ ਦਾ ਪੁੱਤ ਸਹਾਰੀ ਮੱਲ ਆਪਣੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਬੇਨਤੀ ਹੈ। ਸਹਾਰੀ ਮਾਲ ਨੇ
संगत गुरु महाराज के चोजा सतगुरु सच्चे पातशाह जी आप ही जानते सहारी मल महाराज के ताए का पुत भरा सी ते घरवाली की बेनती मन के परिवार नाल विचार करके ते गुरु महाराज सच्चे पातशाह नूं बेनती करने वास्ते सदा पत्र देने वास्ते आया। चौथे गुरां दा सुभा इन्ना कोमल ਇਦਾਂ ਦੀਆਂ ਰਹਿਮਤਾਂ ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਦੀ ਏਡੀ ਵੱਡੀ ਬਖਸ਼ਿਸ਼ ਕਿਉਂਕਿ ਆਪ ਹੀ ਅਕਾਲ ਪੁਰਖ ਦਾ ਰੂਪ ਸੀ ਕਰਮਾਂ ਵਾਲੇ ਉਹ ਬਖਸ਼ਿਸ਼ ਦੀ ਗੱਲ ਕਿਉਂ ਕਰੀ ਉਹ ਤੇ ਖੁਦ ਅਕਾਲ ਪੁਰਖ ਦਾ ਰੂਪ ਹੈ ਖੁਦ ਸਾਡੀ ਦੁਨਿਆਵੀ ਲੋਕਾਂ ਦੀ ਕਲਾਣ ਕਰਨ ਵਾਸਤੇ ਦੁਨੀਆਂ ਤੇ ਆਇਆ ਹੈ ਤੇ ਸਾਨੂੰ ਦੱਸਿਆ ਹੈ ਕਿ ਕਿੱਦਾਂ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਹੈ ਭਾਵੇਂ ਨਿੱਕੇ ਹੁੰਦੇ ਦੇ ਮਾਂ ਪਿਓ ਰੱਬ ਦੇ ਕੋਲ ਚਲੇ ਗਏ ਸੀ ਚਾਚੀਆਂ ਤਾਈਆਂ ਦੀ ਕੋਈ ਕਦਰ ਨਹੀਂ ਸੀ ਕੀਤੀ ਪਰ ਉਹਨਾਂ ਨੇ ਕਿਸੇ ਗੱਲ ਦਾ ਕੋਈ ਗਿਲਾ ਨਹੀਂ ਸੀ ਕਦੇ ਵੀ ਕੀਤਾ ਉਹ ਚਾਚੀਆਂ ਤਾਈਆਂ ਭੈਣੋ ਜਿਨ੍ਹਾਂ ਨੇ ਕਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਚੱਜ ਦਾ ਮੂੰਹ ਨਹੀਂ ਸੀ ਧੋਤਾ ਛੋਟੇ ਹੁੰਦਿਆਂ ਅੱਜ ਜਦੋਂ ਵੀ ਗੁਰੂ ਬਣ ਕੇ ਮਹਾਰਾਜ ਗੱਦੀ ਤੇ ਬਹਿ ਗਏ ਉਹ ਜਦੋਂ ਵੀ ਮਿਲਣ ਵਾਸਤੇ ਆਉਂਦੀਆਂ ਤੇ ਸਤਿਗੁਰੂ ਉੱਠ ਕੇ ਉਹਨਾਂ ਨੂੰ ਨਮਸਕਾਰ ਕਰਦੇ ਕਿ ਤੁਸੀਂ ਮੇਰੀਆਂ ਚਾਚੀਆਂ ਤਾਈਆਂ ਜੇ ਮੇਰੀ ਮਾਂ ਦੇ ਬਰਾਬਰ ਦੀਆਂ ਜੀ ਗੱਜ ਕੇ ਕਹਿ ਦਿਓ ਸਤਨਾਮ ਏਦਾਂ ਦੀ ਨਿਮਰਤਾ ਕਿੱਥੋਂ ਸਾਨੂੰ ਲੱਭੇ ਮਹਾਰਾਜ ਤਖ਼ਤ ਤੋਂ ਉੱਠੇ ਤੇ ਤਾਏ ਦੇ ਪੁੱਤ ਨੂੰ ਕਹਿੰਦੇ ਤੁਸੀਂ ਮੇਰੇ ਵੱਡੇ ਭਰਾ ਲੱਗਦੇ ਬਹੁਤ ਵੱਡੇ ਜੇ ਮੇਰੇ ਤੋਂ ਜੀ ਆਇਆਂ ਨੂੰ ਲਾਹੌਰ ਤੋਂ ਆਏ ਦੇ ਸੱਦ ਕੇ ਉਹਨਾਂ ਰਾਹਾਂ ਦੇ ਆਓ ਬੈਠੋ ਮਹਾਰਾਜ ਨੇ ਬੜੇ ਸਤਿਕਾਰ ਨਾਲ ਦਰਬਾਰ ਵਿੱਚ ਬਿਠਾਇਆ ਕਹਿੰਦੇ ਹੁਣ ਦੱਸੋ ਸਹਾਰੀ ਮੱਲ ਕਹਿੰਦਾ ਜੀ ਤੁਹਾਡੇ ਭਤੀਜੇ ਦਾ ਵਿਆਹ ਰੱਖਦੇ ਆ ਸਤਿਗੁਰੂ ਕਹਿੰਦੇ ਵਧਾਈਆਂ ਹੋਣ ਤੇ ਕਹਿੰਦਾ ਮਹਾਰਾਜ ਵਧਾਈਆਂ ਤੇ ਮੈਂ ਝੋਲੀ ਵਿੱਚ ਪਵਾ ਲਈਆਂ ਨੇ ਪਰ ਬੇਨਤੀ ਇਹ ਹੈ ਉਹ ਵਿਆਹ ਤਾਂ ਫੱਬਦਾ ਏ ਸਾਡਾ ਵਿਹੜਾ ਜਿਹੜਾ ਉਹਦੇ ਚ ਰੌਣਕ ਤਾਂ ਬਣਦੀ ਏ ਸਗਨ ਵਾਲੇ ਦਿਨ ਤੇ ਵਿਵਾਹ ਵਾਲੇ ਦਿਨ ਮਹਾਰਾਜ ਤੁਸੀਂ ਦੋਨੋਂ ਦਿਨ ਜੇ ਸਾਡੇ ਘਰ ਵਿੱਚ ਆਪਣੇ ਚਰਨ ਪਾਓ ਵਿਆਹ ਦੇ ਵਿੱਚ ਮੌਜੂਦ ਹੋ ਮੈਂ ਬੇਨਤੀ ਕਰਨ ਵਾਸਤੇ ਆਇਆ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਸਿੱਖ ਸੰਗਤਾਂ ਨੂੰ ਲੈ ਕੇ ਆਓ ਤੁਹਾਡਾ ਜੋਗ ਸਤਿਕਾਰ ਹੋਵੇਗਾ ਮਹਾਰਾਜ ਮੇਰੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਮੇਰੇ ਵਿਹੜੇ ਦੀਆਂ ਰੌਣਕਾਂ ਜਿਹੜੀਆਂ ਉਹ ਦੂਰ ਸਵਾਈਆਂ ਕਰ ਦਿਓ ਏਦਾਂ ਦੇ ਤਰਲੇ ਕਰਦਾ ਏ ਉਹ ਸਹਾਰੀ ਮੱਲ ਜਿਹੜਾ ਪਹਿਲਾਂ ਕਹਿੰਦਾ ਹੁੰਦਾ ਸੀ ਚੰਗਾ ਭਾਈ ਮੇਰੇ ਚਾਚੇ ਦਾ ਪੁੱਤ ਹੈ ਸਾਡਾ ਤੇ ਨੱਕ ਨੀਵਾਂ ਕਰ ਦਿੱਤਾ ਅਸੀਂ ਬੜੇ ਵੱਡੇ ਸੋਢੀ ਸੀ ਇਹ ਸਹੁਰਿਆਂ ਦੇ ਘਰੇ ਟੋਕਰੀਆਂ ਢੋਈ ਜਾਂਦਾ ਕਾਰੇ ਦੀਆਂ ਰੋਟੀਆਂ ਦੋ ਖਾ ਲੈਂਦਾ ਵੇਖੋ ਗੁਰੂ ਘਰ ਵਿੱਚ ਵਡਿਆਈ ਝੋਣਾ ਪੈ ਗਿਆ ਨਾ ਅੱਜ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕਹਿੰਦੇ ਭਰਾਤਾ ਜੀ ਠੀਕ ਹੈ ਤੁਸੀਂ ਆਏ ਹੋ ਮੈਂ ਝੂਠੀ ਖੁਸ਼ਾਮਦ ਨਹੀਂ ਕਰਦਾ ਕਈ ਵਾਰੀ ਅਸੀਂ ਕਹਿ ਦਿੰਦੇ ਲੈ ਜੀ ਅੱਜ ਕੱਜ ਕੇ ਆਵਾਂਗੇ ਤਕੜੇ ਹੋਵੋ ਇਹ ਕਿਵੇਂ ਹੋ ਸਕਦਾ ਤੁਹਾਡੇ ਮੁੰਡੇ ਦਾ ਵਿਆਹ ਹੋਵੇ ਤੇ ਅਸੀਂ ਨਾ ਆਈਏ ਪਤਾ ਹੁੰਦਾ ਹੈ ਕਿ ਸਾਡੇ ਕੋਲੋਂ ਜਾ ਨਹੀਂ ਹੋਣੀ ਸਾਡੇ ਕਿਵੇਂ ਬਹੁਤ ਜ਼ਿਆਦਾ ਨੇ ਪਰ ਗੁਰੂ ਮਹਾਰਾਜ ਕਦੇ ਝੂਠ ਨਹੀਂ ਬੋਲਦੇ ਸਤਿਗੁਰੂ ਕਹਿੰਦੇ ਭਰਾਤਾ ਜੀ ਤੁਸੀਂ ਆਏ ਹੋ ਅੰਮ੍ਰਿਤਸਰ ਦੀ ਧਰਤੀ ਨੂੰ ਸਿੱਖੀ ਦਾ ਕੇਂਦਰ ਬਣਾ ਦਿੱਤਾ ਗਿਆ ਹੈ ਸੰਗਤਾਂ ਬੜੇ ਦੂਰ ਦੂਰ ਤੋਂ ਹਜ਼ਾਰਾਂ ਮੀਲਾਂ ਤੋਂ ਚੱਲ ਚੱਲ ਕੇ ਅੰਮ੍ਰਿਤਸਰ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਜਿਹੜੀ ਸੰਗਤ ਹੁਣ ਕਲਕੱਤੇ ਤੋਂ ਆਵੇਗੀ ਜਾਂ ਬੰਬੇ ਤੋਂ ਆਵੇਗੀ ਜਾਂ ਇਧਰੋਂ ਦੂਰੋਂ ਦਰਾਡਿਓਂ ਆਵੇਗੀ ਕਿੰਨੇ ਪੰਡ ਮੰਜ਼ਲਾਂ ਤੈਅ ਕਰਕੇ ਸੰਗਤ ਗੁਰੂ ਦਰਸ਼ਨਾਂ ਨੂੰ ਆਉਂਦੀ ਏ ਗੁਰੂ ਉਹਨਾਂ ਨੂੰ ਅੰਮ੍ਰਿਤਸਰ ਦੀ ਧਰਤੀ ਵਿੱਚ ਨਹੀਂ ਮਿਲੇਗਾ ਗੁਰੂ ਲਾਹੌਰ ਹੋਵੇਗਾ ਉਹਨਾਂ ਸੰਗਤਾਂ ਦੇ ਵਿੱਚ ਉਤਸ਼ਾਹ ਘੱਟ ਜਾਵੇਗਾ ਅਸੀਂ ਤੁਹਾਡੇ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਨਹੀਂ ਹੋ ਸਕਦੇ ਠੀਕ ਹੈ ਸਰੀਕਾ ਭਾਈਚਾਰਾ ਜੇ ਤੁਸੀਂ ਆਪਦਾ ਬੇਨਤੀ ਪੱਤਰ ਲੈ ਕੇ ਆਏ ਹੋ ਤੁਹਾਨੂੰ ਅਸੀਂ ਕਿਵੇਂ ਨਿਰਾਸ਼ ਕਰ ਸਕਦੇ ਹਾਂ ਸਾਨੂੰ ਅਕਾਲ ਪੁਰਖ ਨੇ ਤਿੰਨ ਪੁੱਤਰ ਦਿੱਤੇ ਅਸੀਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਆਪਣੇ ਇੱਕ ਪੁੱਤਰ ਨੂੰ ਜ਼ਰੂਰ ਹੁਣੇ ਤੁਹਾਡੇ ਨਾਲ ਜਾ ਕੇ ਕੰਮ ਕਾਰ ਕਰਾਵੇਗਾ ਕਿੰਨਾ ਚਾਹ ਹੁੰਦਾ ਸੀ ਹੁਣ ਕਾਹਦੇ ਵਿਆਹ ਰਹਿ ਗਏ ਉਹ ਕਰਮਾਂ ਵਾਲੇ ਵਿਆਹ ਕਾਹਦੇ ਰਹਿ ਗਏ ਪੰਜਾਬ ਦੇ ਵਿੱਚ ਤੇ ਬਿਲਕੁਲ ਹੀ ਬੇੜਾ ਤਬਾਹ ਹੀ ਹੋ ਗਿਆ ਓਹੋ ਇੱਕ ਦਿਨ ਆਨੰਦ ਕਾਰਜ ਕਰਾਉਣ ਲੱਗੇ ਤੇ ਗੁਰੂ ਕੇ ਗ੍ਰੰਥੀ ਸਿੰਘ ਨੇ ਜਦੋਂ ਪਹਿਲੀ ਲਾਤ ਦਾ ਪਾਠ ਕੀਤਾ ਨਾ ਤੇ ਮੁੰਡਾ ਉੱਠ ਕੇ ਗੁਰੂ ਦੀ ਸੰਗਤ ਪਰਾਂ ਨੂੰ ਤੁਰ ਪਿਆ ਆਪਣੇ ਬੰਦੇ ਨੂੰ ਸਾਰੇ ਜਿਹੜੇ ਹੱਸਣ ਲੱਗ ਪਏ ਮੈਨੂੰ ਕਹਿੰਦੇ ਗਿਆਨੀ ਜੀ ਕੋਈ ਬੋਲੋਗੇ ਮੈਂ ਕਿਹਾ ਕਾਕਾ ਜੀ ਨੂੰ ਪੁੱਛ ਲੈਂਦੇ ਪੁੱਤ ਕਿੰਨੇ ਕੁ ਆਨੰਦ ਕਾਰਜ ਵੇਖ ਕੇ ਕਹਿੰਦਾ ਜੀ ਮੇਰੀ ਮੰਮੀ ਤੇ ਮੈਨੂੰ ਕਹਿੰਦੀ ਜੀ ਪੈਲਸ ਵਿੱਚ ਗੋਲ ਗੱਪੇ ਖਾਓ
ਆਪ ਹੀ ਚਲੇ ਜਾਂਦੀ ਕਦੇ ਆਨੰਦ ਕਾਰਜ ਵਿਖਾਏ ਨੀ। ਉਹ ਗੁਰੂ ਕੀ ਸੰਗਤ ਧੀਆਂ ਪੁੱਤਰਾਂ ਨੂੰ ਜੇ ਕੁਝ ਵਿਖਾਇਆ ਹੋਵੇ ਤੇ ਉਹਨਾਂ ਨੂੰ ਗਿਆਨ ਹੋਵੇ ਨਾ, ਅਸੀਂ ਵਿਆਹਾਂ ਦਾ ਅਰਥ ਕੁਝ ਹੋਰ ਕੱਢਦੇ ਹਾਂ। ਖੈਰ ਗੁਰੂ ਕਿਰਪਾ ਕਰੇ ਸਾਨੂੰ ਕਿਸੇ ਦਿਨ ਮੱਤ ਆਵੇ ਕਿ ਅਸੀਂ ਫਿਰ ਪੁਰਾਤਨ ਸਭਿਅਤਾ ਜਿਹੜੀ ਇਹ ਪੁਰਾਤਨ ਜੋ ਸਾਡਾ ਵਿਰਸਾ ਹੈ ਨਾ, ਬਹੁਤ ਇਹੋ ਜਿਹੇ ਚੰਗੇ ਗੁਰਸਿੱਖ ਪਰਿਵਾਰ ਆ ਜਿਹੜੇ ਕਹਿੰਦੇ ਨੇ ਕਿ ਸਾਰੇ ਲੜਕੀ ਵਾਲੇ ਤੇ ਸਾਰੇ ਲੜਕੇ ਵਾਲੇ ਗੁਰਦੁਆਰੇ ਇਕੱਠੇ ਹੋ ਕੇ ਪਹਿਲਾਂ ਆਨੰਦ ਕਾਰਜ ਕਰਨਾ ਹੈ, ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਉੱਥੇ ਨਿੱਕੇ ਨਿੱਕੇ ਬੱਚਿਆਂ ਨੂੰ ਜਦੋਂ ਆਪਾਂ ਭੈਣੋ ਮਿਲੋ ਗੁਰਮੁਖੋ, ਅਸੀਂ ਬੜੇ ਵਿਆਹ ਵੇਖੇ ਆਪਣੇ ਜੀਵਨ ਦੇ ਵਿੱਚ, ਵਿਆਹ ਆਨੰਦ ਕਾਰਜ, ਆਨੰਦ ਕਹਿੰਦੇ ਖੁਸ਼ੀ ਨੂੰ, ਕਾਰਜ ਕਹਿੰਦੇ ਕੰਮ ਨੂੰ। ਜਿਹੜੀਆਂ ਗਿਰਾਵਟਾਂ ਸਾਡੇ ਚ ਆ ਗਈਆਂ ਨਾ, ਇਹ ਨੌਜਵਾਨੋ ਤੁਸੀਂ ਵੀ ਵਿਆਹ ਕਰਾਉਣੇ ਆ, ਕੰਨ ਖੋਲ ਕੇ ਬਚਨ ਸੁਣੋ। ਮੇਰਾ ਗੁਰੂ ਰਹਿਮਤ ਕਰੇ, ਜਿਹੜੇ ਗੁਰੂ ਪਿਤਾ ਦੇ ਚਰਨਾਂ 'ਚ ਅੱਜ ਨੱਕ ਗੋਡੇ ਰਗੜਦੇ ਆ ਨਾ, ਦਾਤਾ ਤੇਰੀ ਕਿਰਪਾ ਨਾਲ ਸੱਤ ਸਮੁੰਦਰ ਪਾਰ ਤੇ ਆ ਗਏ ਆ, ਹੁਣ ਦਇਆ ਕਰ ਪੀਆਰ ਵੀ ਬਣਾ ਦੇ, ਇੱਥੋਂ ਦਾ ਕਾਰੋਬਾਰ ਵੀ ਸੈਟਲ ਕਰ ਦੇ, ਉਸ ਦਾਦੇ ਨੂੰ ਦਾਤ ਲੈ ਕੇ ਭੁੱਲਿਓ ਨਾ। ਜ਼ਿੰਦਗੀ ਵਿੱਚ ਵਿਆਹ ਕਰਾਉਣਾ ਹੈ ਤੇ ਆਨੰਦਮਈ ਤਰੀਕੇ ਨਾਲ ਕਰਾਉਣਾ ਹੈ, ਗੱਜ ਕੇ ਆਖੋ ਸਤਨਾਮ। ਮਹਾਰਾਜ ਕਹਿੰਦੇ ਅਸੀਂ ਆਪਣੇ ਤਿੰਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਨੂੰ ਤੁਹਾਡੇ ਨਾਲ ਘੱਲਾਂਗੇ, ਹੁਣੇ ਘੱਲਾਂਗੇ, ਵਿਆਹ ਕਦੋਂ ਆਇਆ। ਲਓ ਜੀ, ਸਤਿਗੁਰਾਂ ਨੇ ਮੌਕਾ ਬਹੁਤ ਵਧੀਆ ਜਾਣਿਆ ਕਿ ਤਿੰਨਾਂ ਪੁੱਤਰਾਂ ਦੇ ਜੀਵਨ ਵਿੱਚ ਪਰਚਾ ਪਾਉਂਦੇ ਆ ਇਮਤਿਹਾਨ। ਜਿਹੜਾ ਪੁੱਤਰ ਪਾਸ ਹੋ ਗਏਗਾ ਉਹਨੂੰ ਫੜ ਕੇ ਬਾਂਹ ਤੋਂ ਗੱਦੀ ਉੱਤੇ ਬਿਠਾ ਦਿਆ। ਸਭ ਤੋਂ ਪਹਿਲਾਂ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਸੱਦਿਆ। ਪ੍ਰਿਥੀ ਚੰਦ ਉਸ ਵੇਲੇ ਵਿਆਹਿਆ ਹੋਇਆ ਸੀ, ਉਹਦੇ ਘਰ ਵਾਲੀ ਦਾ ਨਾਂ ਸੀ ਕਰਮੋ। ਉਹਦੀਆਂ ਕਰਤੂਤਾਂ ਭੈਣੋ ਅਗਲੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉਹ ਕਿੰਨੀ ਲਾਲਚਨ ਬਿਰਤੀ ਦੀ ਔਰਤ ਸੀ, ਕਿੱਦਾਂ ਦਾ ਉਹਦੇ ਦਿਲ ਵਿੱਚ ਪਾਪ ਸੀ। ਤੇ ਮਹਾਰਾਜ ਦਾ ਵੱਡਾ ਪੁੱਤਰ ਪ੍ਰਿਥੀ ਚੰਦ, ਉਹ ਗੁਰੂ ਕੀ ਸੰਗਤ ਸਤਿਗੁਰੂ ਕਹਿੰਦੇ ਜਾਓ ਸੱਦ ਕੇ ਲਿਆਓ, ਤੁਰੇ ਆਉਂਦਾ ਪ੍ਰਿਥੀ ਚੰਦ। ਮਹਾਰਾਜ ਕਹਿੰਦੇ ਬੇਟਾ ਜੀ ਤੇਰੇ ਤਾਇਆ ਜੀ ਆ, ਮੇਰੇ ਵੱਡੇ ਭਰਾ ਵਾ, ਇਹਨਾਂ ਨੂੰ ਮੱਥਾ ਟੇਕੋ, ਨਮਸਕਾਰ ਕਰੋ। ਦੂਰੋਂ ਕਹਿੰਦਾ ਤਾਇਆ ਜੀ ਨਮਸਕਾਰ। ਤੇ ਸਤਿਗੁਰੂ ਕਹਿੰਦੇ ਪੁੱਤਰ ਇਹਨਾਂ ਦੇ ਪੁੱਤਰ ਦਾ ਵਿਆਹ ਹੈ, ਇਹਦਾ ਮਤਲਬ ਇਹਨਾਂ ਦੇ ਪੁੱਤ ਦਾ ਸਾਡੇ ਭਤੀਜੇ ਦਾ ਵਿਆਹ ਹੈ ਤੇ ਤੇਰੇ ਭਰਾ ਦਾ ਵਿਆਹ ਹੈ। ਇਹ ਜ਼ਿੰਮੇਵਾਰੀਆਂ ਜਿਹੜੀਆਂ ਵਿਆਹ ਦੇ ਵਿੱਚ ਨਿਭਾਉਣ ਵਾਲੀਆਂ ਨੇ ਸਾਡੇ ਵੱਲੋਂ, ਅਸੀਂ ਪੁੱਤਰਾ ਤੈਨੂੰ ਵੱਡਾ ਪੁੱਤਰ ਜਾਣ ਕੇ ਤੇਰੇ ਜ਼ਿੰਮੇ ਲਾਉਂਦੇ ਹਾਂ। ਹੁਣੇ ਆਪਣਾ ਕੱਪੜਾ ਦੀਦਾ ਨਾਲ ਲੈ ਲਓ ਤੇ ਜਾਓ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਪਹੁੰਚੋ। ਵਿਆਹ ਦੇ ਵਿੱਚ ਸਾਡੇ ਵੱਲੋਂ ਤੁਸਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਕਰਮਾਂ ਵਾਲਿਓ। ਜਦੋਂ ਇਹ ਗੱਲ ਹੋਈ ਨਾ, ਇਤਿਹਾਸਕਾਰ ਕਹਿੰਦੇ ਨੇ ਕਿ ਪ੍ਰਿਥੀ ਚੰਦ ਨੂੰ ਇਸ ਗੱਲ ਦਾ ਪਤਾ ਸੀ ਕਿ ਮੇਰੇ ਨਾਨੇ ਗੁਰੂ ਅਮਰਦਾਸ ਨੇ ਮੇਰੇ ਪਿਤਾ ਨੂੰ ਆਪਣੀ ਉਮਰਾਂ ਦਿੱਤੀ ਹੋਈ, ਉਹਦੇ ਉਂਗਲਾਂ ਦੇ ਉੱਤੇ ਦਿਨ ਗਿਣ ਰਿਹਾ ਹੈ। ਵੱਡਾ ਪੁੱਤਰ ਹਾਂ, ਮਹਾਂਦੇਵ ਵਿਰਾਗੀ ਤਿਆਗੀ ਹੈ, ਉਹਨੂੰ ਦੁਨੀਆਂਦਾਰਾਂ ਨਾਲ ਕੋਈ ਮਤਲਬ ਨਹੀਂ। ਤੇ ਅਰਜਨ ਦੇਵ ਛੋਟਾ ਹੈ, ਉਹਦੇ ਵੇਖ ਰਿਹਾ ਸੀ ਕਿ ਕਦੋਂ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਅੱਖਾਂ ਪੀਪਣ, ਮਸੰਦ ਮੇਰੇ ਨਾਲ, ਗੋਲਕ ਦੇ ਉੱਤੇ ਮੇਰਾ ਕਬਜ਼ਾ, ਮੈਂ ਧੱਕੇ ਨਾਲ ਹੀ ਗੁਰੂ ਨਾਨਕ ਦੀ ਗੱਦੀ ਦਾ ਪੰਜਵਾਂ ਮਾਲਕ ਬਣ ਜਾਵਾਂਗਾ। ਇੱਕਦਮ ਪ੍ਰਿਥੀ ਚੰਦ ਦਾ ਦਿਮਾਗ ਘੁੰਮ ਗਿਆ। ਪਿਤਾ ਜੀ ਮੈਨੂੰ ਲਾਹੌਰ ਘੱਲਣ ਲੱਗੇ, ਹਜ਼ਾਰਾਂ ਸੰਗਤਾਂ ਆਉਂਦੀਆਂ, ਉਹਨਾਂ ਦੇ ਲੰਗਰ ਬਣਾਉਣ ਦਾ ਪ੍ਰਬੰਧ ਮੇਰੇ ਜੁੰਮੇ, ਬਿਸਤਰਾ ਮੰਜਾ ਜੋ ਕੁਝ ਵੀ ਇੱਥੇ ਸਰੋਵਰ ਦੀ ਸੇਵਾ ਚੱਲ ਰਹੀ, ਇਹ ਸਾਰੇ ਹਿਸਾਬ ਕਿਤਾਬ ਮੇਰੇ ਜੁੰਮੇ, ਮੈਂ ਲਾਹੌਰ ਚਲੇ ਗਿਆ, ਇਹ ਡਿਊਟੀ ਕੌਣ ਨਿਭਾਵੇਗਾ, ਤੁਸੀਂ ਮਹਾਂਦੇਵ ਨੂੰ ਘੱਲ ਦਿਓ। ਇਹਦੀ ਗੱਲ ਕਹਿ ਕੇ ਮਹਾਰਾਜ ਨੂੰ ਮੱਥਾ ਟੇਕ ਕੇ ਦਰਬਾਰ ਤੋਂ ਬਾਹਰ ਨਿਕਲ ਗਿਆ, ਕਿਉਂਕਿ ਲਾਲਚੀ ਬਿਰਤੀ ਸੀ ਨਾ ਕਿ ਮੈਂ ਤੇ ਪੰਜਵਾਂ ਗੁਰੂ ਬਣਨਾ। ਤੇ ਮਹਾਰਾਜ ਛੋਟੇ ਪੁੱਤਰ ਨੂੰ ਪਿਆਰ ਕਰਦੇ ਆ, ਅਰਜਨ ਦੇਵ ਨੂੰ, ਮੈਨੂੰ ਆਉਂਦੇ ਮਹਾਨੇ ਲਾਹੌਰ ਘੱਲਕੇ ਮਗਰੋਂ ਅੱਖਾਂ ਮੀਟਣ ਤੋਂ ਪਹਿਲਾਂ ਇਹ ਅਰਜਨ ਦੇਵ ਨੂੰ ਗੁਰੂ ਬਣਾਉਣਗੇ, ਇਨਕਾਰੀ ਕਰ ਗਿਆ। ਕਹਿੰਦਾ ਦੂਜਿਆਂ ਨੂੰ ਘੱਲ ਦਿਓ। ਇੱਕ ਸਾਕਾ ਮੈਂ ਕਹਿਣ ਲੱਗਾ, ਜਦੋਂ ਪ੍ਰਿਥੀ ਚੰਦ ਇਨਕਾਰੀ ਕਰ ਗਿਆ ਤੇ ਸਤਿਗੁਰਾਂ ਨੇ ਫਿਰ ਦੂਜੇ ਪੁੱਤਰ ਨੂੰ ਸੱਦਿਆ, ਉਹ ਤੁਰਿਆ ਆਉਂਦਾ ਮਹਾਦੇਵ, ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ, ਬੀਬੀ ਭਾਨੀ ਦਾ ਦੂਜਾ ਔਰ ਛੋਟਾ ਪੁੱਤਰ। ਸਤਿਗੁਰੂ ਕਹਿੰਦੇ ਤਾਇਆ ਜੀ ਨੂੰ ਨਮਸਕਾਰ ਕਰੋ। ਕਹਿੰਦਾ ਦੱਸੋ ਪਿਤਾ ਜੀ ਕਿਵੇਂ ਸੱਦਿਆ। ਉਹੋ ਹੀ ਗੱਲ, ਮਹਾਰਾਜ ਕਹਿੰਦੇ ਬੇਟਾ ਤੇਰੇ ਭਰਾ ਦਾ ਵਿਆਹ ਹੈ ਤੇ ਸਾਡੇ ਵੱਲੋਂ ਜ਼ਿੰਮੇਵਾਰੀਆਂ ਨਿਭਾਉਣ ਲਈ ਤਾਇਆ ਜੀ ਦੇ ਨਾਲ ਲਾਹੌਰ ਜਾਓ। ਉਹ ਕਹਿੰਦਾ ਮਹਾਰਾਜ ਮੈਂ ਵਿਆਹ ਕਰਾਇਆ ਨੀ ਤੇ ਕਿਸੇ ਦੇ ਵਿਆਹ ਤੇ ਮੈਂ ਜਾਣਾ ਨੀ। ਜੀ ਉਹ ਢਿੱਡਾ ਜੀ, ਆਪੇ ਖਾ ਤੇ ਆਪੇ ਪੀ, ਨਾ ਕੋਈ ਪੁੱਤ ਤੇ ਨਾ ਕੋਈ ਧੀ, ਤੈਨੂੰ ਕਿਸੇ ਨਾਲ ਕੀ। ਕਹਿੰਦਾ ਸਤਿਗੁਰੂ ਮੈਂ ਲਾਹੌਰ ਨਹੀਂ ਜਾਣਾ। ਮਸਤਾਨੀ ਬਿਰਤੀ ਦਾ ਬੰਦਾ ਸੀ, ਸਾਫ਼ ਹੀ ਇਨਕਾਰ ਕਰ ਗਿਆ। ਸਤਿਗੁਰੂ ਕਹਿੰਦੇ ਪੁੱਤਰਾ ਸਾਨੂੰ ਤੇਰੇ ਕੇ ਕੋਈ ਗਿਲਾ ਨਹੀਂ, ਕਿਉਂਕਿ ਉਹਦੇ ਦਿਲ ਵਿੱਚ ਗੱਦੀ ਦਾ ਵੀ ਕੋਈ ਲਾਲਚ ਨਹੀਂ ਸੀ। ਮੱਥਾ ਟੇਕਿਆ, ਦਰਬਾਰ ਚੋਂ ਬਾਹਰ ਚਲਿਆ ਗਿਆ। ਲਓ ਹੁਣ ਸੁਣਿਓ ਜ਼ਰਾ ਪਿਆਰ ਦੇ ਨਾਲ ਇੱਕ ਸਾਕਾ ਸ਼ਾਇਰੀ, ਜਦੋਂ ਮੌਜ ਵਿੱਚ ਆਉਂਦਾ ਹੈ ਨਾ, ਰੱਬ ਵੀ ਕਰਨ ਨੂੰ ਕਿੰਨੀ ਤਾਕਤ ਦਿੰਦਾ ਹੈ। ਕੌਮ ਦੇ ਮਰਹੂਮ ਢਾਡੀ ਸਵਰਗੀਆ ਗਿਆ ਦੀ ਦਇਆ ਸਿੰਘ ਦਿਲਬਰ ਜੀ ਨੇ ਇਹ ਸਾਕਾ ਲਿਖਿਆ ਹੈ। ਉਹ ਕਹਿੰਦੇ ਜਦੋਂ ਵੱਡਾ ਪੁੱਤਰ ਪ੍ਰਿਥੀ ਚੰਦ, ਇਹ ਛੋਟਾ ਪੁੱਤਰ ਮਹਾਂਦੇਵ ਇਨਕਾਰੀ ਕਰ ਗਏ ਗੁਰੂ ਪਿਤਾ ਨੂੰ, ਅਸੀਂ ਲਾਹੌਰ ਨਹੀਂ ਜਾਣਾ।
ਮਹਾਰਾਜ ਨੇ ਫਿਰ ਨਿੱਕੇ ਜਿਹੇ ਆਪਣੇ ਪੁੱਤਰ ਅਰਜਨ ਦੇਵ ਨੂੰ ਸੱਦਿਆ। ਅਰਜਨ ਦੇਵ ਜੀ ਤੁਰੇ ਆਉਂਦੇ ਜੀ, ਆਉਂਦਿਆਂ ਹੀ ਪਿਤਾ ਨੂੰ ਦੰਡਾਵਤ ਕੀਤੀ, ਪਿਤਾ ਜੀ ਮੈਨੂੰ ਸੱਦਿਆ। ਸਤਿਗੁਰੂ ਕਹਿੰਦੇ ਪੁੱਤਰ ਤੇਰੇ ਤਾਇਆ ਜੀ ਨਮਸਕਾਰ ਕਰੋ। ਕਹਿੰਦੇ ਤਾਇਆ ਜੀ ਨਮਸਕਾਰ, ਹੱਥ ਜੋੜ ਕੇ ਖੜ ਗਏ। ਪਿਤਾ ਜੀ ਕੀ ਹੁਕਮਾ? ਲਓ ਜੀ ਉੱਠ ਕੇ ਤਖਤ ਤੋਂ ਚਰਨਾਂ ਦੇ ਉੱਤੋਂ ਚੱਕ ਕੇ ਪੁੱਤਰ ਅਰਜਨ ਦੇਵ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਲਾਹੌਰ ਜਾਣ ਲਈ ਇੱਕ ਹੁਕਮ ਕਰਦੇ ਆ, ਨਾਲ ਹੀ ਪਰਚਾ ਪਾ ਦਿੰਦੇ ਆ ਆਖਰੀ ਪੰਕਤੀਆਂ ਵਿੱਚ ਉਹ ਪਰਚਾ ਆਉਣਾ। ਕੀ ਪਰਚਾ ਪਾਇਆ, ਕਿਵੇਂ ਹੁਕਮ ਕੀਤਾ, ਢਾਡੀ ਜਥਾਂ ਦਾ ਲੈਣਾ ਨੂੰ ਇਉਂ ਬੇਨਤੀ ਕਰ ਰਿਹਾ ਬਈ। Oh,
ਤਾਇਆ ਜੀ ਨਾਲ ਲਾਹੌਰ ਜਾਓ, ਪਰ ਕਿਆ ਕੀ ਪਾਇਆ? ਇੱਕ ਮਿੰਟ ਆਪ ਜੀ ਦਾ ਲਵਾਂਗਾ, ਫਿਰ ਆਪਾਂ ਆਨੰਦ ਸਾਹਿਬ ਜੀ ਦੀ ਬਾਣੀ ਗਾਵਾਂਗੇ। ਕਹਿੰਦੇ ਬੇਟਾ ਜਦੋਂ ਵਿਆਹ ਕਾਰਜ ਸੰਪੂਰਨ ਹੋ ਜਾਵੇ ਨਾ, ਤੇ ਤੁਸੀਂ ਲਾਹੌਰੋਂ ਅੰਮ੍ਰਿਤਸਰ ਨੂੰ ਨਹੀਂ ਆਉਣਾ ਬੇਟਾ। ਉੱਥੇ ਲਾਹੌਰ ਦੇ ਵਿੱਚ ਇੱਕ ਮਹੱਲਾ ਏ, ਉਹਦਾ ਨਾਂ ਏ ਚੂਨਾ ਮੰਡੀ। ਚੂਨਾ ਮੰਡੀ ਮਹੱਲੇ ਦੇ ਵਿੱਚ ਹਰਦਾਸ ਸੋਢੀ ਦੇ ਘਰ ਦਇਆਵੰਤੀ ਮਾਤਾ ਦੀ ਕੁੱਖ ਤੋਂ ਪੁੱਤਰਾ ਸਾਡਾ ਜਨਮ ਹੋਇਆ ਸੀ, ਤੇਰੇ ਦਾਦੇ ਤੇ ਦਾਦੀ ਦਾ ਘਰ ਏ ਬੇਟਾ। ਤੂੰ ਆਪਣੇ ਦਾਦੇ ਤੇ ਦਾਦੀ ਦੇ ਉਹ ਕੱਚੇ ਮਕਾਨ ਵਿੱਚ ਜਾਵੀਂ, ਮਕਾਨ ਦੀ ਸਫਾਈ ਕਰਾਵੀਂ, ਉਹਦਾ ਦਰਵਾਜ਼ਾ ਖੋਲੀ। ਜਿਸ ਦਿਨ ਤੋਂ ਮੈਂ ਲਾਹੌਰ ਨੂੰ ਛੱਡ ਕੇ ਆ ਗਿਆ, ਤੇਰੇ ਦਾਦੇ ਦਾਦੀ ਦੇ ਘਰ ਨੂੰ ਜਿੱਦਾਂ ਲੱਗ ਗਿਆ ਪੁੱਤਰਾ, ਉੱਥੇ ਸੰਗਤਾਂ ਨੂੰ ਇਕੱਠਿਆਂ ਕਰਕੇ ਤੇ ਬਾਣੀ ਦਾ ਨਾਮ ਜਪਾਵੀਂ, ਕਥਾ ਕਹਾਣੀਆਂ ਗੁਰੂ ਨਾਨਕ ਦੀਆਂ ਸੁਣਾਵੀਂ ਪੁੱਤਰਾ। ਕਿੰਨਾ ਚਿਰ? ਜਿੰਨਾ ਚਿਰ ਅਸੀਂ ਅੰਮ੍ਰਿਤਸਰ ਤੈਨੂੰ ਕੋਈ ਹੁਕਮ ਨਾ ਕਰੀਏ। ਲੋ ਕਰਮਾਂ ਵਾਲੇ ਉਹ ਆਗਿਆਕਾਰੀ ਅਰਜਨ ਦੇਵ ਨੇ ਸੀ ਝੁਕਾਇਆ, ਨਿੱਕੀ ਜੀ ਉਮਰ ਆਈ ਮੰਨ ਕੇ ਪਿਤਾ ਗੁਰੂ ਮਹਾਰਾਜ ਦਾ ਬਚਨ ਤੇ ਲਾਹੌਰ ਤਾਇਆ ਜੀ ਦੇ ਨਾਲ ਤੁਰ ਪਏ। ਕਿਵੇਂ ਲਾਹੌਰ ਜਾਂਦੇ ਜੀ, ਵਿਆਹ ਦੇ ਵਿੱਚ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨੇ, ਫਿਰ ਦਾਦੇ ਤੇ ਦਾਦੀ ਦੇ ਉਹ ਕੱਚੇ ਕੋਠੇ ਨੂੰ ਜਿੱਥੇ ਪਿਤਾ ਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਹੋਇਆ ਸੀ, ਜਾ ਕੇ ਬੂਹਾ ਖੋਲ੍ਹ ਕੇ ਸਫਾਈ ਕਰਦੇ ਆ, ਦਰੀਆਂ ਵਿਛਾਉਂਦੇ ਆ, ਕਿੱਦਾਂ ਮਹਾਰਾਜ ਉੱਥੇ ਰੌਣਕਾਂ ਲਾਉਂਦੇ ਆ, ਤੇ ਕਿੱਦਾਂ ਫਿਰ ਵਿਛੋੜੇ ਦੀਆਂ ਉਹ ਚਿੱਠੀਆਂ ਲਿਖਦੇ ਆ, ਉਹ ਸੁਣਨ ਵਾਸਤੇ ਇਹ ਲੜੀ ਨੂੰ ਕੱਲ੍ਹ ਸੰਪੂਰਨ ਕਰਾਂਗੇ।